ਤੁਸੀਂ ਐਸਸੀਐਸਟੀ ਕਮਿਸ਼ਨ ਦੀ ਪੰਜਾਬ ਦੀ ਰਿਪੋਰਟ ਚੱਕ ਕੇ ਦੇਖ ਲਓ ਉਹ ਕਹਿੰਦੇ ਵੀ ਸਾਡੇ ਕੋਲੇ 2200 ਕੰਪਲੇਂਟਾਂ ਆਉਂਦੀਆਂ ਸਭ ਤੋਂ ਵੱਧ ਮਾਲਵੇ ਦੇ ਬੱਚਾ ਤੇ ਸਭ ਤੋਂ ਵੱਧ ਜੱਟਾਂ ਵੱਲੋਂ ਦਲਤਾਂ ਤੇ ਜ਼ਬਰ ਕਰਨੀਆਂ ਹੈਗੀਆਂ ਕਿ ਟਰਾਂਮਾ ਤੇ ਉਹਦੇ ਵਿੱਚ ਨਾਲ ਪੁਲਿਸ ਦਾ ਸਹਿਯੋਗ ਦਿੰਦੀ ਹੈ ਤੇ ਹੁਣ ਖੇਤਾਂ ਦੇ ਮਾਲਕ ਨੇ ਜ਼ਮੀਨ ਦੇ ਮਾਲਕ ਨੇ ਉਹ ਜ਼ਮੀਨ ਦੇ ਗੁਲਾਮ ਨੇ ਉਹਨਾਂ ਦਾ ਕੰਮ ਕਰਨਾ ਖੇਤਾਂ ਤੇ ਲੇਬਰ ਨੇ ਹੋ ਖੇਤਾਂ ਦੀ ਕਿਸਾਨ ਮਿਹਨਤੂਰ ਇਕਤਾ ਦਾ ਉਹ ਤੁਹਾਨੂੰ ਕੰਮ ਕਰਨ ਦੇ ਵੈਸੇ ਦਿੱਤਾ ਹੋਣਾ ਉਹ ਨਾਰੇ ਦਾ ਫਾਇਦਾ ਕੌਣ ਚੱਕ ਰਿਹਾ ਮੈਂ ਤਾਂ ਕਿਉਂ ਉਹ ਦਿੱਲੀ ਆਪਾਂ ਦੇਖਿਆ ਹੀ ਐ ਉਹ ਗਏ ਆ ਵਿਚਾਰਨ ਪੱਲੇ ਕੀ ਪਏ ਇਹ ਤਾਂ ਖੱਟ ਵੀ ਗਏ ਜਿਹੜੇ ਉੱਥੇ ਬੰਦਿਆਂ ਦੇ ਮਰੇ ਉਹ ਤਾਂ 40 ਕਰੋੜ ਮੁਆਵਜ਼ਾ ਲੈ ਗਏ ਜਿਹੜੇ ਉੱਥੇ ਮਜ਼ਦੂਰ ਮਰੇਦੇ ਖੂਨੀਆਂ ਪੜਦੇ ਉਹਨਾਂ ਨੂੰ ਕੀ ਮਿਲਿਆ ਗ੍ਰਾਹਾਂ ਗਰੁੱਪਾ ਹੁਣ ਆਪਾਂ ਤਾਂ ਇਹ ਪਤਾਗਾ ਕਿਸੇ ਨੂੰ ਬਹੁਤ ਹਨ ਨੂੰ ਪਤਾ ਨਹੀਂ ਵੀ ਗ੍ਰਾਹਾਂ ਗਰੁੱਪ ਇੱਕ ਸਿਆਸੀ ਗਰੁੱਪ ਨਕਸਲੀਆਂ ਦਾ ਨਾਗਰੀ ਰੇੜੀ ਗਰੁੱਪ ਕਹਿੰਦੇ ਨੇ ਉਹ ਗ੍ਰਾਹਾਂ ਤਾਂ ਉਹਦੀ ਫਰੰਟਲ ਜਥੇਬੰਦੀ ਆ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਪ੍ਰੋਗਰਾਮ ਤੋਂ ਉਹ ਇਹ ਆ ਕਿ ਸਮਾਜਵਾਦੀ ਇਨਕਲਾਬ ਕਰਨਾ ਤੇ ਮਜ਼ਦੂਰ ਨੂੰ ਅਸਲੀ ਲੈ ਕੇ ਆਉਣਾ ਪਰ ਬੇਸਿਕਲੀ ਉਹਨਾਂ ਦਾ ਟਾਸ ਜੋੜ ਸਾਰਾ ਕੋ ਉਹ ਸਾਰਾ ਕਿਸਾਨੀ ਤੇ ਇਹਨੂੰ ਜੱਟ ਨੂੰ ਆਰਗੇਨਾਈਜ਼ ਕਰਨ ਦਾ ਮਾਲਬੇ ਰਹਾਮ ਰੂਪ ਕਹਿੰਦਾ ਬਈ ਭਗਤ ਸਿੰਘ ਦੇ ਹੱਕੀ ਬਾਰਸਾਂ ਤੋਂ ਭਗਤ ਸਿੰਘ ਦਾ ਰੰਗ ਹੈ ਮੇਰਾ ਰੰਗ ਦੇ ਬਸੰਤੀ ਚੋਲਾ ਤੇ ਜਦੋਂ ਇੱਕ ਦਲਤ ਨੂੰ ਗਰੀਬ ਨੂੰ ਕੁੱਟ ਕੇ ਉਹ ਪੇਸ਼ ਹੁੰਦਾ ਜਿਹੜੇ ਹਿਸਾਬ ਨਾਲ ਨਾਇਕ ਦੇ ਤੌਰ ਤੇ ਮੈਂ ਸਮਝਦਾ ਮੈਂ ਤਾਂ ਭਗਤ ਸਿੰਘ ਦੀ ਰੂਹ ਕਰ ਲਾਉਂਦੀ ਹੂੰ ਵੀ ਯਾਰ ਜਿਹੜੇ ਲੋਕਾਂ ਦੀ ਖਾਤਰ ਮੈਂ ਦੱਬੇ ਕੁਲੇ ਦੀ ਖਾਤਰ ਤਾਂ ਮੈਂ ਆਜ਼ਾਦੀ ਲੈਣਾ ਚਾਹੁੰਦਾ ਸੀ ਉਹਨਾਂ ਲੋਕਾਂ ਨੂੰ ਕੁੱਟ ਕੇ ਪੀਲੇ ਪਰਨੇ ਪਾ ਕੇ ਮਾਰਨਾ ਪੁਲਸ ਕੋਲ ਪੇਸ਼ ਹੁੰਦੇ ਨੇ ਰਾਹਾਂ ਜਿੱਥੇ ਬੰਦੀ ਤੇ ਐਡੇ ਵੀਡੀਓ ਜਾਂਦਾ ਹੈ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਜਦੋਂ ਕਿਸਾਨਾਂ ਦੀ ਰਾਖੀਆਂ ਨੂੰ ਲੈ ਕੇ ਕਿਸਾਨੀ ਹੱਕੀ ਦੀਆਂ ਰਾਖੀਆਂ ਨੂੰ ਲੈ ਕੇ ਉਹਦੇ ਚ ਦੇਖੋ ਜੇ ਕਿਸਾਨ ਬਚੂਗਾ ਮਜ਼ਦੂਰ ਵੀ ਤਾਂ ਹੀ ਬਚੂਗਾ ਨਹੀਂ ਇੱਕ ਤਾਂ ਪਹਿਲਾਂ ਬਹੁਤ ਵੱਲਾ ਭਰਮ ਸੱਜਾ ਜਾ ਰਿਹਾ ਹੈ ਵੀ ਜੇ ਕਿਸਾਨ ਬਚੂ ਫਿਰ ਮਜ਼ਦੂਰ ਬਚੂ ਕੀ ਗੱਲ ਵੀ ਕਿਸਾਨ ਨਾਲ ਕਿਉਂ ਸਬੰਧ ਆ ਉਹਦੇ ਨਹੀਂ ਦਿਹਾੜੀ ਉਹਨੇ ਖੇਤਾਂ ਦੀ ਕਰਨੀ ਹੈ ਇਹਦਾ ਮਤਲਬ ਤੂੰ ਸੋ ਗੁਲਾਮ ਬਣਾ ਲੈਣਾ ਵੀ ਜਦ ਉਹ ਖੇਤਾਂ ਦੀ ਦਿਹਾੜੀ ਕਰੇ ਉਹ ਝੋਨਾ ਲਾਵੇ ਨਹੀਂ ਉਹ ਝੋਨਾ ਲਾਵੇ ਤਾਂ ਬਚਣਾ ਬਚਨ ਤਾਂ ਤਾਂ ਹੀ ਹੈ ਨਾ ਜਾਨ ਨੂੰ ਕੌਣ ਰੋਕ ਰਿਹਾ ਹੈ ਉਹਨਾਂ ਦੇ ਬੱਚਾ ਨੂੰ ਖੁਦ ਅਵੇਅਰ ਕਿਉਂ ਨਹੀਂ ਹੋ ਰਹੇ ਇਸ ਚੀਜ਼ ਨੂੰ ਲੈ ਕੇ ਵੀ ਜੱਜ ਪੜਨਗੇ ਤਾਂ ਹੀਓ ਸਾਡੇ ਬੱਚੇ ਦੇ ਚੰਗੇ ਹੋਣ। ਹੁਣ ਇੱਕ ਤਾਂ ਤਾਂ ਘਰੇ ਸਾਰਾ ਕੁਛ ਆ। ਜ਼ਮੀਨ ਜਾਇਦਾਦ ਆ ਖੇਤੀ ਆ ਸਾਰਾ ਕੁਛ ਚੱਲਦਾ ਉਹਨੂੰ ਇਹ ਵੀ ਪਤਾ ਵੀ ਕਰਜ਼ਾ ਹੈਗਾ। ਮੇਰਾ ਮਾਫ਼ ਹੋ ਜਾਣਾ। ਦੂਜੇ ਪਾਸੇ ਇੱਕ ਬੱਚੇ ਦੀ ਮਾਂ ਜਿਹੜੀ ਨਰੇਗਾ ਚ ਗਈ ਆ ਉਹ ਸਰੀਰ ਵਾਲਿਆ ਵਾ ਉਹ ਬੱਚਾ ਕਿਵੇਂ ਪੜ੍ਹਦਾ ਉਹਦਾ ਮਾਹੌਲ ਹੋਏਗਾ। ਇਹ ਬਹੁਤ ਵੱਡਾ ਇੱਕ ਭਰਮ ਸਿਰਜਿਆ ਜਾ ਰਿਹਾ ਤਾਂ ਕਿ ਬਿਜਾਰ ਇਹ ਬੰਦਗਲਾਮੀ ਕੁਲ ਬੁਰਦ ਨਾ ਹੋਣ। ਪਤੋ ਜੀਤਾ ਜਰ ਜਿਵੇਂ ਤੁਗੀ ਝੋਨਾ ਲਾਉਣੇ ਆ ਜਿਵੇਂ ਤੁਹਾਨੂੰ ਮਨ ਮਰਜ਼ੀ ਤੋਂ ਪੈਸੇ ਦਿੰਦੇ ਨੇ ਢੜਕ ਦਿੰਦੇ ਉਹਵੇਂ ਜਿਵੇਂ ਲਾ ਤਾਂ ਬਚੋਗੇ ਪਤਲੀ ਹਜ਼ਾਰਾ ਕਿਤੇ ਨੇ ਟੈਕਨੀਕਲੀ ਕਿਤੇ ਨੇ ਉਹ ਟੈਕਨੀਕਲੀ ਕਿਤੇ ਸਿੱਖਣਾ ਉਹ ਸਾਰਿਆ ਕੁਝ ਸਿੱਖਣਾ ਉਹ ਮੋਟਰਸਿਕਲ ਕਰਦੇ ਕਿਉਂ ਨਹੀਂ ਜਾਂਦੇ ਵਿਚਾਰੇ ਨਿਕਲਦੇ ਉਹਨੂੰ ਹਾਲਾਤ ਹੁੰਦਾ ਨਾ ਕਰਦੇ ਹਾਲਾਤ ਕਿ ਮੈਂ ਪੇਸ਼ ਕੇ ਜਾਣ ਦਿੰਦਾ ਤੁਸੀਂ ਜਾ ਕੇ ਹਾਲਾਤ ਦੇਖੋ ਨੇ ਘਰਾਂ ਦੇ ਕੀ ਕਿੰਤੂ ਪ੍ਰੰਤੂ ਕਰ ਰਹੇ ਹੋ ਹੋਰ ਵੀ ਕੋਈ ਲੋਗ ਹੋ ਸਕਦਾ ਵੀ ਤੁਹਾਡੀ ਸੋਚਦੇ ਹਾਂ ਮੀ ਜਾਂ ਉਸ ਇਨਸੀਡੈਂਟ ਦੇ ਹਾਂ ਮੀ ਨੇ ਜਿਹੜੇ ਉਹ ਇਥੇ ਕਿੰਤੂ ਪ੍ਰੰਤੂ ਕਰ ਰਹੇ ਹੋ ਨੇ ਪਰ ਇਹਦੇ ਚ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਆ ਉਹ ਵੀ ਤਾਂ ਕਿਸੇ ਠੀਕ ਸੱਟੇ ਤੇ ਪਹੁੰਚ ਸਕਦੀ ਆ ਹਾਂ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਜਿਹੜਾ ਹੁਣ ਐਸਸੀਐਸਟੀ ਐਕਟ ਲਾਇਆ ਉਹਨਾਂ ਨੇ ਕੁਛ ਨਾ ਕੁਛ ਤਾਂ ਇਨਵੈਸਟੀਗੇਟੇਸ਼ਨ ਲਾਇਆ ਹੈ ਕਿਤੇ ਕਿਸੇ ਤੇ ਤਾਂ ਪੁਸ਼ ਲਾਉਂਦੀ ਨਹੀਂਗੀ ਜੇ ਪੁਲਿਸ ਨੇ ਕਿਤੇ ਲਾਇਆਗਾ ਕਿਸੇ ਜਾਂਚ ਦੇ ਆਧਾਰ ਤੇ ਲਾਇਆ ਨਾ ਜਾਂ ਜਦ ਗਲਤ ਜਥੇ ਬੰਦੀਆਂ ਕਿਉਂਕਿ ਇਹ ਤਾਂ ਜੇ ਕਿਦਾ ਵੀਡੀਓ ਵਾਇਰਲ ਨਾ ਹੁੰਦੀ ਕਿਸ ਨੇ ਬੜਾ ਲਈ ਇਹ ਤਾਂ ਮਾਮਲਾ ਠੱਪ ਸੀ ਮੁੰਡੇ ਕੁੱਤੇ ਮਾਰੇ ਗਏ ਸੀ ਲੱਤਾ ਤੋੜਤੀਆਂ ਸੀ ਉਹਨਾਂ ਤੇ ਇਹਨਾਂ ਦੇ ਗਰਾਹਾ ਗਰੁੱਪ ਨੇ 307 ਦਾ ਪਰਚਾ ਦਰਜ ਕਰਤਾ ਸੀਗਾ ਸਾਰਾ ਕੁਝ ਉਹ ਤਾਂ ਠੱਪ ਹੋ ਗਿਆ ਸੀ ਮਾਮਲਾ ਨਹੀਂ ਦੇਖਦੇ ਤੁਸੀਂ ਵੀ ਜਿਹੜਾ ਇਹ ਮੈਸੇਜ ਹੈ ਜੱਟ ਦਲਤ ਵਾਲਾ ਚਲੋ ਪੁਰਾਣੇ ਸਮੇਂ 'ਚ ਅਸੀਂ ਚੀਜ਼ਾਂ ਦੇਖਦੇ ਰਹੇ ਹੁਣ ਤਾਂ ਦਲਤ ਵੀ ਬਹੁਤ بڑے ਲਿਖੇ ਨੇ ਉਹਨਾਂ ਦੇ ਆਈਐਸ ਵੀ ਹੈਗੇ ਨੇ ਉਹਨਾਂ ਦੇ ਆਈਪੀਐਸ ਵੀ ਹੈਗੇ ਨੇਗੇ ਤੁਹਾਨੂੰ ਅਜਿਹੇ ਸਮੇਂ 'ਚ ਲੱਗਦਾ ਵੀ ਹਜੇ ਵੀ ਦਾਲਤ ਤੇ ਜੱਟ ਵਾਲੀ ਅਸੀਂ ਗੱਲ ਕਰ ਰਹੇ ਹਾਂ ਤਾਂ ਬੜੀ ਕੋਈ ਵੱਡੀ ਕੰਟਰਡਿਕਸ਼ਨ ਖੜੀ ਆ ਸਰਕਾਰ ਕੌਣ ਚਲਾਉਂਦਾ ਹੈਗਾ ਸਰਕਾਰ ਦੇਖਣੇ ਬੋਨ ਜੇ ਪੰਜਾਬ ਦੀ ਇਕਨੋਮੀ ਆ ਪੰਜਾਬ ਦੀ ਲੈਂਡ ਆ ਪੰਜਾਬ ਦਾ ਧਰਮ ਆ ਪੰਜਾਬ ਦਾ ਕਲਚਰ ਉਹ ਕਿਹੜੇ ਵਰਗ ਦਾ ਕਬਜ਼ਾ ਹੈ ਧਰਮ ਇੱਥੋਂ ਹੋਣਾ ਨਾ ਜਿਹੜਾ ਦਲਤ ਵਰਗਾਂ ਤੋਂ ਕਿੰਨੀਆਂ ਜਾਤਾਂ ਚ ਬਣਿਆ ਹੋਇਆ ਕਿੰਨਾ ਉਹ ਵੀਕਾ ਕਿੰਨੀ ਉਹਦੀ ਉਹ ਪਾਪੂਲੇਸ਼ਨ ਜਿਹੜੀ ਹੈਗੀ ਆ ਪਿੰਡਾਂ ਦੇ ਵਿੱਚ ਬੈਠੀ ਆ ਉਹਦੇ ਘਰ ਜਾ ਕੇ ਦੇਖ ਲੋ ਉਹਦੀ ਇਕਨੋਮੀ ਕੀ ਆ ਕਿਸ ਤਹਰ ਹੱਦ ਤੱਕ ਕਿੰਨੇ ਵਰਗੋਂ ਪੜ੍ਹਿਆ ਲਿਖਿਆ ਕਿੰਨੇ ਕੋ ਦੀ ਸਟਰੈਂਥ ਕਿੰਨੀ ਜਿਹੜਾ ਇਹ ਐਕਟ ਆ ਇਹ ਐਕਟ ਨੂੰ ਜਿਹੜਾ ਇਤਿਹਾਸਿਕ ਆਰਸਾ ਸਾਹ ਬ੍ਰਾਹਮਣਵਾਦ ਆ ਉਹ ਵੀ ਇਹਦਾ ਇੰਨਾ ਹੀ ਬਹਿਰੀ ਆ ਤੇ ਪੰਜਾਬ ਦੇ ਜਿਹੜੇ ਕਿਸਾਨ ਉਹ ਵੀ ਉਹਦਾ ਇੰਨਾ ਹੀ ਬਹਿਰੀ ਆ ਕਿਉਂਕਿ ਇੱਕੋ ਇੱਕ ਏਕੜਾ ਜਿਹੜਾ ਦੱਤ ਦੇ ਸਵੈ ਮਾਨ ਦੀ ਰਾਖੀ ਕਰਦਾ ਸਸੇ ਕਾਲਾ ਬੀਤੇ ਦਿਨਾਂ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਖਿਆ ਕਿ ਇੱਕ ਮੁੰਡੇ ਦੀ ਕੁੱਟਮਾਰ ਹੋ ਰਹੀ ਸੀ ਉਸ ਤੋਂ ਬਾਅਦ ਦੇ ਵਿੱਚ ਹਾਲਾਂਕਿ ਪੁਲਿਸ ਐਕਸ਼ਨ ਵੀ ਉਹਦੇ ਵਿੱਚ ਹੋਇਆ ਕਿਸਾਨ ਜਥੇਬੰਦੀਆਂ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਉਗਰਾਹਾਂ ਉਹਨਾਂ ਦੀ ਜਥੇਬੰਦੀ ਹੈ ਸੰਗਰੂਰ ਤਾਂ ਉਹਨਾਂ ਦੇ ਵੱਲੋਂ ਉਹ ਜਿਹੜੇ ਕਿਸਾਨ ਦੀ ਅਰੈਸਟ ਆ ਉਹ ਵੀ ਦਿੱਤੀ ਗਈ ਪਰ ਮਸਲਾ ਉਦੋਂ ਬਾਅਦ ਇਹ ਦੇਖਿਆ ਜਾਵੇ ਕਈ ਤਰ੍ਹਾਂ ਦੀਆਂ ਟੀਚਰ ਟਿੱਪਣੀਆਂ ਇਸ ਪੂਰੇ ਮਸਲੇ ਤੇ ਰਹੀਆਂ ਪੁਲਿਸ ਆਪ ਦੇ ਤੌਰ ਤੇ ਇਨਵੈਸਟੀਗੇਟ ਕਰ ਰਹੀ ਹੈ ਸਰਕਾਰ ਦੇ ਵੀ ਧਿਆਨ ਚ ਮਸਲਾ ਹੈ ਤੇ ਇਨਵੈਸਟੀਗੇਸ਼ਨ ਇਹ ਚ ਸ਼ੁਰੂ ਹੋਈ ਹੈਗੀ ਪਰ ਜਿਹੜਾ ਮਾਮਲਾ ਦਰਜ ਹੋਇਆ ਤੇ ਇਹ ਪੂਰਾ ਇਨਸੀਡੈਂਟ ਹੋਇਆ ਉਹਦੇ ਵਿੱਚ ਰੰਗਤ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਕਈ ਵਾਰੀ ਜਿਹੜੀ ਪਿੰਡਾਂ ਦੀ ਲੜਾਈ ਆ ਜਦੋਂ ਉਹ ਵੱਧਦੀ ਵੱਧਦੀ ਬਾਹਰ ਨੂੰ ਆਉਂਦੀ ਆ ਤਾਂ ਉਹਦੇ ਵਿੱਚ ਰੰਗਤ ਦੇਣ ਦੀ ਜਾਂ ਕਿ ਇਹ ਕਿ ਸੱਚੋਂ ਕਈ ਵਾਰ ਮਸਲੇ ਹੁੰਦੇ ਨੇ ਕਿਉਂਕਿ ਇਹ ਲੜਾਈ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਮਸਲਾ ਇਹ ਵੀ ਹੈ ਕਿ ਦਲਿਤ ਵਰਸਸ ਜੱਟ ਦਾ ਬਣਦਾ ਦਿਖਾਈ ਦਿੰਦਾ ਕਿਉਂ ਇਹ ਜਾਇਜ਼ ਹੈਗਾ ਜਾਂ ਨਹੀਂ ਸਾਡੇ ਨਾਲ ਜਵਿੰਦਰ ਰਾਹੀ ਨੇ ਉਹਨਾਂ ਨਾਲ ਗੱਲ ਕਰਾਂਗੇ ਰਾਹੀ ਸਾਹਿਬ ਦੇਖਿਆ ਜਾਵੇ ਪਹਿਲੀ ਤਾਂ ਗੱਲ ਇਹ ਹੈ ਵੀ ਲੜਾਈਆਂ ਤਾਂ ਆਮ ਤੌਰ ਤੇ ਪਹਿਲਾਂ ਹੁੰਦੀਆਂ ਵੀ ਆਈਆਂ ਤੇ ਹੁੰਦੀਆਂ ਸ਼ਾਇਦ ਅੱਗੇ ਨੂੰ ਵੀ ਰਹਿਣਗੀਆਂ ਬਵਾਦ ਵੀ ਬਵਾਦ ਕਈ ਵਾਰ ਵੱਜ ਜਾਂਦੇ ਨੇਗੇ ਪਰ ਇਹਦੇ ਵਿੱਚ ਜੀ ਰੰਗਤ ਜੀ ਕਹਿੰਦੇ ਕਿ ਜੱਟ ਦਲਿਤ ਇਹ ਚੀਜ਼ਾਂ ਅੱਜ ਦੇ ਸਮੇਂ ਦੇ ਦੌਰਾਨ ਸ਼ੋਭਾ ਦਿੰਦੀਆਂ ਨੇ ਜਾਂ ਇਹ ਹੋਣੀਆਂ ਚਾਹੀਦੀਆਂ ਨੇ ਦੇਖੋ ਇਹ ਜਿਹੜਾ ਹੈਗਾ ਨਾ ਕਿ ਸਿਆਸੀ ਪੈਂਤੜਾ ਰੰਗਤ ਤੁਹਾਨੂੰ ਰੰਗਤ ਦੇਤੀ ਅਸਲ ਤਾਂ ਇਹ ਵੀ ਇਹ ਛਦਿਆਂ ਤੋਂ ਇਹ ਵਰਗ ਤੇ ਜਿਹੜਾ ਦਲਤ ਵਰਗ ਆ ਪਿੰਡਾਂ ਦਾ ਬੇੜਾਂ ਦਾ ਉਹ ਤਾਂ ਛਦਿਆਂ ਤੋਂ ਜ਼ਬਰ ਹੁੰਦਾ ਰਹੇਗਾ ਤੁਸੀਂ ਐਸ்சி ਐਸਟੀ ਕਮਿਸ਼ਨ ਦੀ ਪੰਜਾਬ ਦੀ ਰਿਪੋਰਟ ਚੱਕ ਕੇ ਦੇਖ ਲਓ ਉਹ ਕਹਿੰਦੇ ਵੀ ਸਾਡੇ ਕੋਲੇ 2200 ਕੰਪਲੇਂਟਾਂ ਆਉਂਦੀਆਂ ਸਭ ਤੋਂ ਵੱਧ ਮਾਲਵੇ ਦੇ ਬੱਚਾ ਤੇ ਸਭ ਤੋਂ ਵੱਧ ਜੱਟਾਂ ਵੱਲੋਂ ਦਲਤਾਂ ਤੇ ਜ਼ਬਰ ਕਰਦੀਆਂ ਹੈਗੀਆਂ ਕਿ ਟਰਾਂਵਾ ਉਹਦੇ ਵਿੱਚ ਨਾਲ ਪੁਲਿਸ ਦਾ ਸਹਿਯੋਗ ਦਿੰਦੀ ਆ ਹੁਣ ਇਹ ਜਿੱਦ ਗੱਲ ਹੈਗੀ ਆ ਜੱਟ ਦਲ ਤਾਲੀ ਇਹਦਾ ਜੰਕਟਰੈਕਸ ਬਣਾਦੀ ਤੌਰ ਤੇ ਪਈ ਆ ਕਿਉਂਕਿ ਇਹ ਹੁਣ ਖੇਤਾਂ ਦੇ ਮਾਲਕ ਨੇ ਜ਼ਮੀਨ ਦੇ ਮਾਲਕ ਨੇ ਉਹ ਜ਼ਮੀਨ ਦੇ ਗੁਲਾਮ ਨੇ ਕਿ ਉਹਨਾਂ ਦਾ ਕੰਮ ਕਰਨਾ ਖੇਤਾਂ ਤੇ ਲੇਬਰ ਨੇ ਹੋ ਖੇਤਾਂ ਦੀ ਨਾਰਾ ਤਾਂ ਕਿਸਾਨ ਮਜ਼ਦੂਰ ਇਕਤਾ ਦਾ ਹੈ ਉਹ ਤੁਹਾਨੂੰ ਕੰਪਰੇਟ ਦੇ ਵੈਸੇ ਦਿੱਤਾ ਹੋਣਾ ਉਹ ਨਾਰੇ ਦਾ ਫਾਇਦਾ ਕੌਣ ਚੱਕ ਰਿਹਾ ਫਾਇਦਾ ਕਿਹਨੂੰ ਹੈ ਦਿੱਲੀ ਆਪਾਂ ਦੇਖਾਈ ਹੈ ਉਹ ਗਏ ਆ ਵਿਚਾਰਨ ਦੇ ਪੱਲੇ ਕੀ ਪਏ ਇਹਦਾ ਖੱਟ ਵੀ ਗਏ ਜਿਹੜੇ ਉੱਥੇ ਬੰਦਿਆਂ ਦੇ ਮਰੇ ਉਹ ਤਾਂ 40 ਕਰੋੜ ਮੁਆਵਜ਼ਾ ਲੈ ਗਏ ਜਿਹੜੇ ਉੱਥੇ ਮਜ਼ਦੂਰ ਮਰੇ ਤੇ ਖੂਨੀਆਂ ਇਹ ਵੀ ਦੇਖੋ ਨਾਰਾ ਦੇਣਾ ਤਾਂ ਹੋਰ ਗੱਲ ਆ ਪਰ ਪ੍ਰੈਕਟੀਕਲੀ ਕੀ ਆ ਉਹ ਤਾਂ ਦੇਖੋ ਨਾ ਤੁਸੀਂ ਰੱਬੀ ਸ਼ੇਰਗਲ ਉਹਨਾਂ ਦੇ ਨਾਲ ਜਦੋਂ ਕਹਾਨ ਮੋਰਚਾ ਦਿੱਲੀ ਲੱਗਿਆ ਹੋਇਆ ਸੀ ਜਿਹੜਾ ਪੌਪ ਕਾਇਆ ਕਾ ਮਸ਼ਹੂਰ ਦੁਨੀਆ ਭਰ ਦਾ ਉਹਨੇ ਰੱਬੀ ਸ਼ੇਰਗਲ ਦਾ ਆਰਟੀਕਲ ਆਇਆ ਸੀ ਜਿਹਨੇ ਉਹਨਾਂ ਦਾ ਦੇਖਿਆ ਸੀਗਾ ਵੀ ਯਾਰ ਇਹ ਜਿਹੜਾ ਸਾਰਾ ਹੈਗਾ ਗੀਤ ਆ ਗੀਤ ਅੱਤੇ ਜੱਟਾਂ ਚੱਲ ਰਹੇ ਨੇ ਖੇਤਲਾ ਜੱਟਾ ਖੇਤ ਤਿਆਰੀ ਪੇਚਾ ਪੈਗਾ ਸੈਂਟਰ ਨਾਲ ਤੇ ਕਿਸਾਨੀਦਾਰ ਨੇ ਬਰਕਾ ਪਾਇਆ ਹੋਇਆ ਤੇ ਉਹ ਤੋਂ ਵੀ ਜਿਹੜੇ ਬਹੁਤ ਵੱਡੇ ਚਿੰਤਕ ਸੀ ਨਾ ਉਹਨਾਂ ਨੇ ਦੋ ਗੱਲਾਂ ਮਤਲਬ ਛਿਗੀ ਵੀ ਜਿਹੜਾ ਇੱਥੇ ਕਿਸਾਨੀ ਦਾ ਏਡਾ ਵੱਡਾ ਹਵਾਰ ਆ ਇਹ ਹਵਾਰ ਜਦ ਮੇ ਹੋ ਗਿਆ ਤਾਂ ਇਹਦੇ ਪਿੱਛੇ ਇੱਕ ਪੰਜਾਬ ਦੇ ਵਿੱਚ ਜੱਟਵਾਦ ਦਾ ਹਵਾਰ ਵੀ ਨਾਲ ਆਊਗਾ ਤੇ ਉਹਦੇ ਨਾਲ ਕੋ ਜੋ ਕਿਸਾਨਾਂ ਦਾ ਤਕੜਾ ਹੋ ਗਿਆ ਇਹਦੀ ਪ੍ਰਵਿਰਤੀ ਦਾ ਕਿਸਾਨ ਦਾ ਤਾਂ ਇੱਕ profession ਆ ਨਾ ਬੇਸਿਕਲੀ ਤਾਂ ਜੱਟ ਤਾਂ ਤੇ ਇਹਦੇ ਨਾਲ ਕੀ ਹੋਊਗਾ ਵੀ ਦਲਤਾਂ ਦਾ ਇੱਕ ਜ਼ਬਰਦਸਤ ਵੀ ਵਧੂਗਾ ਉਦੋਂ ਉਹਨਾਂ ਦਾ ਥਿਓਰੈਟਿਕਲੀ ਗੱਲ ਸੀ ਪਰ 4-5 ਸਾਲ ਦਾ ਜਿਹੜਾ ਹੈਗਾ ਇਹਦਾ ਹਵਾਰ ਆ ਉਹਨਾਂ ਜਿੰਨੀਆਂ ਕਿ ਡਰਾਮਾ ਇਹ ਵਾਪਰਿੰਗਾਂ ਨੇ ਵਧੀਆਂ ਨੇ ਉਨੇ ਗੱਲ ਪਹਿਲਾ ਮੋਹਰ ਲਾਤੀ ਇਸ ਗੱਲ ਤੇ ਜਾਂ ਘਰਾਂਚੋ ਵਾਲੇ ਮਾਮਲੇ ਨਹੀਂ ਲਾਤੀ ਵੀ ਕਿਸਾਨ ਜਥੇਬੰਦੀ ਜਿਵੇਂ ਗ੍ਰਾਹਾਂ ਗਰੁੱਪ ਹੁਣ ਆਪਨ ਤਾਂ ਇਹ ਪਤਾਗਾ ਕਿਸੇ ਨੂੰ ਬਹੁਤਿਆਂ ਨੂੰ ਪਤਾ ਨਹੀਂ ਇਹ ਗ੍ਰਾਹਾਂ ਗਰੁੱਪ ਇੱਕ ਸੱਸੀ ਗਰੁੱਪ ਨਕਸਲੀਆਂ ਦਾ ਨਾਗਰੀ ਰੇੜੀ ਗਰੁੱਪ ਕਹਿੰਦੇ ਨੇ ਜਿਹਨਾਂ ਦਾ ਪਰਚਾ ਨਿਕਲਦਾ ਸੁਰਖ ਰੇਖਾ ਸੁਰਖਲੀ ਤੇ ਉਹਦੇ ਆਗੂ ਨੇ ਮੋਲਕ ਸਿੰਘ ਹੋ ਗਿਆ ਜਸਪਾਲ ਦੱਸੀ ਹੋ ਗਿਆ ਜਗਦੀਸ਼ ਸ਼ਰਮਾ ਹੋ ਗਿਆ ਤੇਜ ਆਕਰ ਸਿੰਘ ਪੁੱਚੋ ਵਾਲਾ ਹੋਇਆ ਗਰਦਿਆਲ ਪਹਾੜਪੂਰੀ ਉਹਨਾਂ ਦੀ ਇੱਕ ਗ੍ਰਾਹਾਂ ਤਾਂ ਫਰੰਟਲ ਜਥੇਬੰਦੀ ਕਿਸਾਨੀ ਦੀ ਇਕੋ ਨਹੀਂ ਮਜ਼ਦੂਰ ਜਥੇਬੰਦੀ ਆ ਲਾ ਸਮਰਸੰਗ ਸੇਵੇ ਵਾਲਾ ਹੋਗਾ ਹੁਣ ਅਗਰਾਹਾ ਤਾਂ ਉਹਨਾਂ ਦੇ ਫਰੰਟਲ ਜਥੇਬੰਦੀ ਆ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਪ੍ਰੋਗਰਾਮ ਤਾਂ ਉਹਦੇ ਇਹ ਆ ਕਿ ਅਸੀਂ ਸਮਾਜਵਾਦੀ ਇਨਕਲਾਬ ਕਰਨਾ ਉਹ ਚ ਮਜ਼ਦੂਰ ਨੂੰ ਅਸੀਂ ਲੈ ਕੇ ਆਉਣਾ ਪਰ ਬੇਸਿਕਲੀ ਉਹਨਾਂ ਦਾ ਟਾਸਕ ਕੀ ਆ ਜੋਰ ਸਾਰਾ ਉਹ ਸਾਰਾ ਕਿਸਾਨੀ ਤੇ ਇਹਨੂੰ ਜੱਟ ਨੂੰ ਆਰਗੇਨਾਈਜ਼ ਕਰਨ ਦਾ ਮਾਲਵੇ ਦੇ ਵਿੱਚ ਇਹ ਐਡੀ ਸ਼ਕਤੀਸ਼ਾਲੀ ਜਥੇਬੰਦੀ ਬਣ ਗਈ ਹੁਣ ਇਹਦੇ ਨਾਲ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਜਾਓਗੇ ਜੋ ਇੱਥੇ ਕਿਸਾਨੀ ਦਾ ਹਵਾਰ ਆਇਆ ਜਿਹੜਾ ਚਿੰਤਕ ਪਹਿਲਾਂ ਫਿਕਰਮੰਦੀ ਜ਼ਾਹਰ ਕਰਦੇ ਸੀ ਵੀ ਯਾਰ ਇਹਦੇ ਨਾਲ ਜ਼ਬਰ ਵਧੂਗਾ ਕਿਉਂਕਿ ਇਹਦੇ ਵਿੱਚ ਹੁਣ ਸਿਆਸੀ ਜਿਵੇਂ ਹੁਣ ਗ੍ਰਾਹਕਾਂ ਨੂੰ ਇੱਕ ਸਿਆਸੀ ਗਰੁੱਪ ਆਪਰੇਟ ਕਰ ਰਿਹਾ ਹੁਣ ਸਿਆਸੀ ਸੂਚਨਾ ਸਾਰੇ ਕਿਸਾਨਾਂ ਤੱਕ ਸਿਆਸੀ ਸੂਚਨਾ ਲੈਂਸ ਨਹੀਂ ਜੋ ਮਜ਼ਦੂਰ ਕਿਸਾਨਾਂ ਨਾਲ ਬਾਕੀ ਤਾਂ ਧੱਕੜਸਾਹੀਆਂ ਲੱਖਾਂ ਦਾ ਧੱਕੜਸਾਹੀ ਵਾਲੇ ਨੇ ਪਹਿਲਾਂ ਵੀ ਧੱਕਾ ਕਰ ਰਹੇ ਨੇ ਹੁਣ ਉਹਦਾ ਵਾਰ ਆ ਗਿਆ ਤੇ ਹੁਣ ਜਿਵੇਂ ਸੰਰੂਰ ਦੇ ਵਿੱਚ ਘਟਰਾਮਾ ਜਗਮੇਲ ਸਿੰਘ ਵੀ ਮਰਿਆ ਜਾਂ ਪੀਮਟਾਕ ਵੀ ਹੋਇਆ ਜਾਂ ਉਹ ਤੋਂ ਪਹਿਲਾਂ ਜਿਹੜਾ ਬੰਦ ਸਿੰਘ ਛੱਬਰ ਦੇ ਕਾਂਡ ਵੀ ਹੋਏ ਨੇ ਤੇ ਔਰਤਾਂ ਤੇ ਵੀ ਜ਼ਬਰ ਹੋਣ ਦੀਆਂ ਹੋਈਆਂ ਘਟਰਾਮਾ ਉਹ ਕਿਉਂਕਿ ਜਦੋਂ ਤੁਸੀਂ ਆਪਾਂ ਕ੍ਰਾਈਮ ਦੇਖਦੇ ਆ ਕਿਉਂਕਿ ਹੈ ਤਾਂ ਅਪਰਾਧ ਹੈ ਨਾ ਜਦੋਂ ਕਿਸੇ ਨੂੰ ਕੋਈ ਸੱਟ ਫੇਟ ਕਰਦੇ ਆ ਬਾਦ ਵੀ ਬਾਦ ਹ ਤੱਕ ਰਹਿੰਦਾ ਜੋ ਤੱਕ ਗੱਲਾਂ ਬਾਤਾਂ ਤੱਕੀ ਤੌਰ ਦੇ ਉੱਤੇ ਲੋਕ ਉਹ ਕਰਦੇ ਨੇ ਉਹਦੇ ਵਿੱਚ ਇਹ ਨਹੀਂ ਲੱਗਦਾ ਹੈਗਾ ਵੀ ਇਹ ਤਾਂ ਕਿਸੇ ਨਾਲ ਵੀ ਹੋ ਸਕਦਾ ਪਰ ਰੰਗਤ ਉਹਨੂੰ ਦਲਿਤ ਕਹਿ ਕੇ ਜਾਂ ਜੱਟ ਕਹਿ ਕੇ ਜਾਂ ਹਿੰਦੂ ਕਹਿ ਕੇ ਜਾਂ ਯਾਨੀ ਕਿ ਜੋ ਵੀ ਅਡਾੜਾ ਸ਼੍ਰੇਣੀਆਂ ਨੇ ਗਿਆ ਚਾਹੇ ਸਰਦਾਰਾਂ ਦੀ ਵੀ ਲਾਰੀਏ ਵੀ ਕ੍ਰਾਈਮ ਨੂੰ ਕਦੇ ਉਸ ਤੌਰ ਦੇ ਉੱਤੇ ਅੰਕਿਆ ਜਾਣਾ ਚਾਹੀਦਾ ਜਾਂ ਕ੍ਰਾਈਮ ਨੂੰ ਕ੍ਰਾਈਮ ਦੇ ਤੌਰ ਤੇ ਲੈਣਾ ਚਾਹੀਦਾ ਨਹੀਂ ਦੇਖੋ ਫਰਕ ਹੈ ਨਾ ਇੱਕ ਦਾ ਕ੍ਰਾਈਮ ਤਕੜੀ ਧਰ ਜੇ ਹੁਣ ਦੋ ਜੱਟਾਂ ਦੀ ਲੜਾਈ ਆ ਉਹ ਵੱਖਾ ਹੁਣ ਤੁਸੀਂ ਇੱਕ ਤਾਂ ਦੱਸਿਆ ਦੇਖਿਆ ਜਾਂ ਤੁਸੀਂ ਪੱਤਰਕਾਰੀ ਕਰਦੇ ਹੋ ਕਿ ਕਿਤੇ ਦਲਤਾਂ ਨੇ ਜੱਟ ਨੂੰ ਕੁੱਟਿਆ ਹੋਵੇ ਆਮ ਤੌਰ ਤੇ ਘਟਨਾਵਾਂ ਜੱਟਾਂ ਵੱਲੋਂ ਦਲਤਾਂ ਨੂੰ ਹੀ ਕੁੱਟਣ ਦੀਆਂ ਹੁੰਦੀਆਂ ਕੋਹ ਮਾੜੀ ਤੇਰਾ ਉਹਦੀ ਪਹੁੰਚ ਨਹੀਂ ਗਈ ਇਹ ਆਰਗੇਨਾਈਜ਼ ਹੋ ਗਿਆ ਜਿਵੇਂ ਮਿਸਾਲ ਦੇ ਤੌਰ 'ਤੇ ਅ ਮਨਜੀਤ ਸਿੰਘ ਕਾਂਚੋ ਆ ਉਹ ਵੀਡੀਓ ਬਹੁਤ ਸਾਰੇ ਬੰਦੇ ਕਹਿੰਦੇ ਵੀ ਅਸੀਂ ਦੇਖ ਨਹੀਂ ਸਕੇ ਇੰਨੇ ਜ਼ਾਲਮ ਨਾਲ ਢੰਗ ਨਾਲ ਉਹ ਕੁੱਟ ਰਿਹਾਗਾ ਲੋਕਾਂ ਤਾਂ ਇਹ ਕਹਿਣਾ ਸੀ ਉਹ ਮਨੂੰ ਤਾਂ ਮਰ ਮੁਰਗੇ ਹੋਣਗੇ ਜਿਹੜੇ ਸਾਹਬ ਨੇ ਕੁੱਟੇ ਆ ਪਰ ਉਹਦੀ ਜਿਵੇਂ ਪਿੱਛ ਤੇ ਆਇਆ ਗਰਾਹਾ ਗਰੋਪ ਆ ਉਹ ਸਭ ਤੋਂ ਸ਼ਕਤੀਸ਼ਾਲੀ ਆ ਐਡੇ ਵੱਡੇ ਕਰੋਨਾ ਦੇ ਫੰਡ ਨੇ ਜਿੰਨਾਂ ਕੋਲੇ ਜਿਹੜੇ ਹੋਲ ਟਾਈਮਰ ਨੇ ਵਿਲੇ ਨੇ ਇਸ ਕੰਮ ਲਈ ਜਿਹਨਾਂ ਦਾ ਪ੍ਰੋਫੈਸ਼ਨਲ ਇਸ ਤਰ੍ਹਾਂ ਦੀ ਸਿਹਤਤ ਕਰਨੀ ਹੁਣ ਉਹ ਜਿਮੇਵੰਦ ਪਿੱਛੇ ਤੇ ਆਇਆ ਜਾਂ ਨੂੰ ਨਾਇਕ ਦੇ ਤੌਰ ਤੇ ਪੇਸ਼ ਕੀਤਾ ਉਹੀ ਪੀਲਾ ਪਰਨਾ ਉਹਦੇ ਗਲ ਦੇ ਵਿੱਚ ਪਾਇਆ ਹੋਇਆ ਤੇ ਪੀਲਾ ਪਰਨਾ ਨਿਸ਼ਾਨੀ ਕੀ ਦੀ ਆ ਅਗਰਾਹਾ ਗਰੁੱਪ ਕਹਿੰਦਾ ਵੀ ਅਸੀਂ ਭਗਤ ਸਿੰਘ ਦੇ ਹੱਕੀ ਵਾਰਸਾਂ ਤੋਂ ਭਗਤ ਸਿੰਘ ਦਾ ਰੰਗ ਆ ਮੇਰਾ ਰੰਗ ਦੇ ਬਸੰਤੀ ਚੋਲਾ ਤੇ ਜਦੋਂ ਇੱਕ ਦਲਤ ਨੂੰ ਗਰੀਬ ਨੂੰ ਕੁੱਟ ਕੇ ਉਹ ਪੇਸ਼ ਹੁੰਦਾ ਜਿਹੜੇ ਹਿਸਾਬ ਨਾਲ ਨਾਇਕ ਦੇ ਤੌਰ ਤੇ ਮੈਂ ਸਮਝਦਾ ਉਹਦਾ ਭਗਤ ਸਿੰਘ ਦੀ ਰੂਹ ਕਰ ਲਾਉਂਦੀ ਹੂ ਬਈ ਯਾਰ ਜਿਹੜੇ ਲੋਕਾਂ ਦੀ ਖਾਤਰ ਮੈਂ ਦੱਬੇ ਕੋਲ ਨਹੀਂ ਖਾਤਰ ਤਾਂ ਮੈਂ ਆਜ਼ਾਦੀ ਲੈਣਾ ਚਾਹੁੰਦਾ ਸੀ ਤੇ ਉਹਨਾਂ ਲੋਕਾਂ ਨੂੰ ਕੁੱਟ ਕੇ ਪੀਲੇ ਪਰਨੇ ਪਾ ਕੇ ਮਾਰਨਾ ਪੁਲਿਸ ਕੋਲੇ ਪੇਸ਼ ਹੁੰਦੇ ਨੇ ਇਸ ਮਾਮਲੇ 'ਚ ਵੀ ਗੱਲ ਇਹ ਨਿਕਲ ਕੇ ਆਈ ਵੀ ਪਹਿਲਾਂ ਉਹ ਦਲਤ ਮੁੰਡੇ ਵੱਲੋਂ ਉਹਦੇ ਸੂਆ ਮਾਰਿਆ ਗਿਆ ਜਾਂ ਯਾਨੀ ਕਿ ਕੋਈ ਵੀ 60 ਫੀਟ ਇਸ ਤਰ੍ਹਾਂ ਦੀ ਸੀਰੀਅਸ ਇੰਜਰੀ ਕੀਤੀ ਗਈ ਹੈ ਪੁਰੇ ਤੇ ਕਈ ਜਥੇਬੰਦੀਆਂ ਨੇ ਉਹ 86 ਜਥੇਬੰਦੀਆਂ ਦੇ ਨਾਲ ਸੰਬੰਧ ਪਈਆ ਮਰਕੇਸ਼ ਮਲੋਦ ਵਰਗੇ ਜਿਹੜੇ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੂੰ ਮਤਲਬ ਆਪਰੇਟ ਕਰ ਰਿਹਾ ਗ੍ਰਾਹਾਂ ਗਰੁੱਪ ਨੂੰ ਉਸ ਤਰ੍ਹਾਂ ਦੇ ਸੱਸੀ ਗਰੁੱਪਾਂ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਵੀ ਇੱਕ ਜਾਂਚ ਕਮੇਟੀ ਆਈ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਉਹਨੇ ਕਿਹਾ ਵੀ ਇਹ ਜਿਹੜੀ ਲੜਾਈ ਹੋਈ ਆ ਇਹਦਾ ਜਿਹੜਾ ਮਨਜੀਤ ਸਿੰਘ ਦਾ ਮੁੰਡਾ ਨਸ਼ੇ ਪਤ ਦਾ ਆਦੀ ਆ ਸਪਸ਼ਟ ਤੌਰ ਤੇ ਕਿਹਾ ਗਿਆ ਉਹ ਮੁੰਡੇ ਵੀ ਮੈਡੀਕਲ ਕਰਾਇਆ ਹੋਣਾ ਜੀ ਉਹ ਤਾਂ ਮੈਡੀਕਲ ਚ ਚੀਜ਼ ਪਤਾ ਹੋ ਜੂ ਵੀ ਹਾਂ ਹੈ ਜਾਂ ਨਹੀਂ ਹੈ ਉਹਨਾਂ ਨੇ ਜਾਂਚ ਕਮੇਟੀ ਦੇ ਵਿੱਚ ਤੱਥ ਇਕੱਠੇ ਕੀਤੇ ਨਾ ਲੋਕਾਂ ਦੇ ਬਿਆਨ ਲਏ ਮੁੰਡੇ ਨੂੰ ਪੁੱਛਿਆ ਉਹ ਮੁੰਡੇ ਨੂੰ ਪੁੱਛਿਆ ਵੀ ਲੜਾਈ ਕੀ ਹੋਈ ਆ ਉਹ ਕੋਈ ਨਸ਼ੇ ਦੇ ਲੈਣ ਦੇਣ ਜਾਂ ਇਹ ਮੁੰਡਾ ਨਸ਼ਾ ਮੰਗਦਾ ਸੀ ਜਾਂ ਉਹ ਇਹ ਤੋਂ ਨਸ਼ਾ ਮੰਗਦੇ ਸੀ ਉਸ ਗੱਲ ਤੋਂ ਹੋਈ ਆ ਲੜਾਈ ਇੱਥੇ ਪਰ ਇਹਦੇ ਵਿੱਚ ਜਿਵੇਂ ਤੁਸੀਂ ਕਿੰਤੂ ਪ੍ਰੰਤੂ ਕਰ ਰਹੇ ਹੋ ਹੋਰ ਵੀ ਕੋਈ ਲੋਕ ਹੋ ਸਕਦਾ ਵੀ ਤੁਹਾਡੀ ਸੋਚਦੇ ਹਾਂ ਮੀ ਜਾਂ ਉਸ ਇਨਸੀਡੈਂਟ ਦੇ ਹਾਮੀ ਨੇ ਜਿਹੜੇ ਉਹ ਇੱਥੇ ਕਿੰਤੂ ਪ੍ਰੰਤੂ ਕਰ ਰਹੇ ਹੋਣੇ ਪਰ ਇਹਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਆ ਉਹ ਵੀ ਤਾਂ ਕਿਸੇ ਠੀਕ ਸੱਟੇ ਤੇ ਪਹੁੰਚ ਸਕਦੀ ਆ ਹਾਂ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਜਿਹੜਾ ਹੁਣ ਐਸਸੀਐਸਟੀ ਐਕਟ ਲਾਇਆ ਉਹਨਾਂ ਨੇ ਕੁਛ ਨਾ ਕੁਛ ਤਾਂ ਅਨਵੈਸਟਿਗੇਟ ਇਸ ਤੇ ਲਾਇਆ ਐਡੀਕੇਸ ਤੇ ਤਾਂ ਪੁਲਸ ਲਾਉਂਦੀ ਨਹੀਂ ਕਿ ਕਿਉਂਕਿ ਪੁਲਸ ਨੂੰ ਦਬਾਅ ਹੁੰਦਾ ਵੀ ਨਹੀਂ ਇਹਦੇ ਵਰਤੋਂ ਕਰਨੇ ਕਿਉਂਕਿ ਬਾਤ ਆਮ ਤੌਰ ਤੇ ਜਿਹੜੇ ਐਸਐਸਪੀ ਆ ਜਾਂ ਪੁਲਸ ਆਫਸਰ ਆ ਉਹ ਪ੍ਰਕਾਸ਼ਟ ਨੇ ਉਹ ਪ੍ਰਕਾਸ਼ਟ ਨੂੰ ਇਸ ਤੋਂ ਡਰ ਆ ਉਹ ਲਾਉਣੀ ਨਹੀਂ ਦਿੰਦੇ ਥੱਲੇ ਦਲਤ ਤਾਂ ਤਰਸਦੇ ਮਰ ਜਾਂਦੇ ਨੇ ਬੜਾ ਕੁਛ ਹੁੰਦਾ ਜੇ ਪੁਲਸ ਨੇ ਕਿਤੇ ਲਾਇਆਗਾ ਕਿਸੇ ਜਾਂਚ ਦੇ ਆਧਾਰ ਤੇ ਲਾਇਆ ਨਾ ਜਾਂਚ ਦਲਤ ਜਥੇ ਬੰਦੀਆਂ ਕਿਉਂਕਿ ਇਹ ਤਾਂ ਜੇ ਕਿਤੇ ਵੀਡੀਓ ਵਾਇਰਲ ਨਾ ਹੁੰਦੀ ਕਿਸ ਨੇ ਬੜਾ ਲਈ ਇਹ ਤਾਂ ਮਾਮਲਾ ਠਾਪ ਪੀ ਮੁੰਡੇ ਕੁੱਤੇ ਮਾਰੇਗੇ ਸੀ ਲੱਤਾਂ ਤੋੜਤੀਆਂ ਸੀ ਉਹਨਾਂ ਤੇ ਇਹਨਾਂ ਨੇ ਗੁਰਾਹਾਂ ਗਰੁੱਪ ਨੇ 307 ਦਾ ਪਰਚਾ ਦਰਜ ਕਰਤਾ ਸੀਗਾ ਸਾਰਾ ਕੁਛ ਉਹ ਤਾਂ ਠੱਪ ਹੋ ਗਿਆ ਸੀ ਮਾਮਲਾ ਉਹ ਤਾਂ ਉਹਦਾ ਮੌਜਨਾਮ ਇੱਕ ਕੱਢ ਕੇ ਦਰਦਨਾਉਂਦਾ ਫਿਰ ਰਿਹਾ ਸੀਗਾ ਮਨਜੀਤ ਸਿੰਘ ਤਾਂ ਇਹ ਤਾਂ ਕੁਦਰਤੀ ਤੌਰ ਤੇ ਉਹਨਾਂ ਦੀ ਖੁਸ਼ਕਿਸਮਤੀ ਨੂੰ ਮੁੰਡਿਆਂ ਦੇ ਜਾਂ ਦਲਿਤਪਰਖ ਦੀ ਖੋਸ਼ਕਿੰਦ ਨੂੰ ਇਹ ਵੀਡੀਓ ਵਾਇਰਲ ਹੋ ਗਈ ਲੋਕਾਂ ਨੂੰ ਸਚਾਈ ਪਤਾ ਲੱਗ ਗਈ ਉਥੇ ਦਲਿਤ ਜੱਥੇਬੰਦੇ ਐਕਟਿਵ ਹੋ ਗਏ ਤਾਂ ਉਹਨੂੰ ਵੇਸ਼ ਕਰਾਉਣਾ ਪੈ ਗਿਆ ਪਰ ਤੁਸੀਂ ਉਗਰਾਹਾ ਗਰੁੱਪ ਨੂੰ ਇੰਨਾ ਇਨਫਲੂਐਂਸ ਮੰਨਦੇ ਹੋ ਵੀ ਦੂਜੇ ਪਾਸੇ ਜੇ ਕਿਹਾ ਜਾਵੇ ਦਲਿਤਾਵਾਸਤੇ ਤਾਂ ਸਟੇਟ ਦੇ ਵੀ ਤੇ ਨੈਸ਼ਨਲ ਤੌਰ ਤੇ ਵੀ ਕਮਿਸ਼ਨ ਵੀ ਹੈਗੇ ਆ ਉਹਨਾਂ ਦੀ ਰਾਖੀ ਕਰਨ ਵਾਸਤੇ ਸਪੈਸ਼ਲ ਤੌਰ ਤੇ ਐਕਟਿਵ ਵੀ ਹੈਗੇ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਮੂਰੇ ਤੁਸੀਂ ਮੰਨਦੇ ਹੋ ਵੀ ਆਖਰ ਉਗਰਾਹਾ ਗਰੁੱਪ ਉਹਨਾਂ ਦੇ ਨਾਲ ਲੱਗੇ ਜੀ ਇਸ ਕਰਕੇ ਹੋ ਗਿਆ ਜੇਕਰ ਇਕੱਲੇ ਮਨਜੀਤ ਸਿੰਘ ਹੁਣੇ ਹੁੰਦੇ ਤਾਂ ਵੀ ਉਹ ਐਡੀ ਲੜਾਈ ਨਹੀਂ ਲੜ ਸਕਦੇ ਸੀ ਦੇਖੋ ਜੀ ਉਹ ਤਾਂ ਸਰਕਾਰਾਂ ਨੂੰ ਹੀ ਘੋਲ ਚਕਾ ਲੈਂਦੇ ਨੇ ਜਿਵੇਂ ਕਿ ਮਿਸਾਲ ਦੇ ਤੌਰ ਤੇ ਅ ਕਿਸਾਨ ਮੋਰਚਾ ਲੱਗਿਆ ਉਥੇ 6-7 ਸੌ ਕਿਸਾਨਾਂ ਦੇ ਜਾਨਾਂ ਗਈਆਂ ਉਹਦੇ ਲਈ ਮੋਦੀ ਸਰਕਾਰ ਦੋਸ਼ੀ ਆ ਉਹ ਮੋਦੀ ਦਾ ਹੀ ਮਾਮਲਾ ਸੀਗਾ ਸਾਨੂੰ ਮੁਆਵਜ਼ਾ ਉਥੋਂ ਮਰੇ ਦਿੱਲੀਆ ਕਿਸਾਨਾਂ ਅਸੀਂ ਕਹਿੰਦੇ ਮਿਲਣਾ ਚਾਹੀਦਾ 40 ਕਰੋੜ ਤੋਂ ਲੈ ਕੇ ਐਡੂ ਸ਼ਕਤੀਸ਼ਾਲੀ ਹੋਰ ਕਿਹੜੀ ਆ ਉਹਨਾਂ ਕੋਲ ਇੱਕੋ ਸਾਰਾ ਪੱਕਾ ਮੋਰਚਾ ਲਾਤਾ ਉਹ ਕਹਿੰਦਾ ਬਿਲੇ ਨੇ ਹੋਲ ਟਾਈਮ ਮਰਨੇ ਉਹਨਾਂ ਕੋਲ ਫੰਡ ਵੀ ਨਹੀਂ ਕਰੋੜਾਂ ਦੀ ਗਿਣਤੀ ਚ ਮੋਰਚਾ ਤਾਂ ਹੁਣ ਵੀ ਪੱਕੇ ਤੌਰ ਤੇ ਇੱਕ ਲੱਗਿਆ ਹੋਇਆ ਹੈਗਾ ਉਹ ਹੁਣ ਉਹਨਾਂ ਨੂੰ ਉਦੇ ਮੁਕਾਬਲੇ ਦਲਤ ਜੱਥੇਬੰਦੀਆਂ ਨੇ ਉਹ ਕਿੰਨੀਆਂ ਕਮਜ਼ੋਰ ਨੇ ਇੱਕ ਪਿੰਡ ਦਾ ਮਜ਼ਦੂਰ ਆ ਉਹ ਮਜ਼ਦੂਰ ਕਿੰਨੇ ਕ ਦਿਨ ਦਿਹਾੜੀ ਛੱਡ ਲੂ ਕਿੰਨੇ ਕ ਦਿਨ ਉਹ ਆਪਣਾ ਕੰਮ ਕਰ ਲੂਗਾ ਤੇ ਨਾਲੇ ਉਹਨੂੰ ਸੁਣਵਾਈ ਕਿੰਨੀ ਕ ਭਾਵੇਂ ਉਹ ਉਹਨਾਂ ਦੀ ਖਾਤਰ ਕਮਿਸ਼ਨ ਵੀ ਬਣੇਵੇਂ ਪਰ ਕਮਿਸ਼ਨਾਂ ਨੂੰ ਤਾਂ ਤਾਕਤਵਾਰੀ ਚਲਾਉਂਦੇ ਨੇ ਨਾ ਕਮਿਸ਼ਨ ਵੀ ਤਾਂ ਪ੍ਰਭਾਵਿਤ ਹੁੰਦੇ ਨੇ ਇੱਕ ਪਾਸੇ ਤਾਕਤਵਾਰ ਤੜ ਖੜੀ ਲੱਖਾਂ ਦੀ ਗਿਣਤੀ ਦੇ ਜਿਹੜੇ ਹੈਗੇ ਆ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਅਦਾਲਤ ਵਰਗ ਉਹ ਤਾਂ ਹਜ਼ਾਰਾਂ ਦੀ ਪ੍ਰਭਾਵ ਪਾਉ ਕੋ ਲੱਖਾਂ ਦਾ ਕਿਵੇਂ ਪ੍ਰਭਾਵ ਪਾਉ ਅਗਲਾ ਕਾ ਮਿਸਾਲ ਦੇ ਤੌਰ ਤੇ ਹੁਣ 6-150 ਬੰਦਾ ਬੈਠਾ ਸੰਭੂ ਬਾਰਡਰ ਤੇ ਦੋਵੇਂ ਨਰੇਲਾ ਉਹਨਾਂ ਰੋਕੀ ਰੱਖੀਆਂ ਜੇ ਤੁਸੀਂ ਸਖਤੀਸਾਲੇ ਦੀ ਗੱਲ ਕਰਦੇ ਆ ਪੰਜਾਬ ਦੀ 3 ਕਰੋੜ ਆਬਾਦੀ ਆ ਉਹ 3 ਕਰੋੜ ਆਬਾਦੀ ਚੋਂ ਕਿਸ ਨੇ ਕਿਹਾ ਵੀ ਰੇਲਾ ਚੱਲਣੀਆਂ ਚਾਹੀਦੀਆਂ ਕਿਸੇ ਵਰਗ ਦਾ ਤੰਕ ਹੀ ਐਡਾ ਵੱਡਾ ਹੁੰਦਾ ਉਹਦੀ ਦਇਹਤ ਹੀ ਐਡੀ ਵੱਡੀ ਪੈ ਜਾਂਦੀ ਆ 3 ਕਰੋੜ ਆਬਾਦੀ ਦੇ ਸਾਹਮਣੇ ਪੰਗੂ ਹੋ ਗਈ ਉਹ ਜਿਹੜੇ 100 150 ਬੰਦੇ ਰੇਲਾਂ ਦੇ ਨੇ ਦੋ ਮਹੀਨੇ ਪੰਜਾਬ ਚੋਂ ਆਉਣ ਦਿੱਤਿਆਂ ਵੀ ਇਹ ਵੀ ਜਿਹੜੀ ਜੇ ਪਰ ਇਹਦੇ ਚ ਇਹ ਨਹੀਂ ਦਿਖਦੇ ਤੁਸੀਂ ਵੀ ਜਿਹੜਾ ਇਹ ਮੈਸੇਜ ਹੈ ਜੱਟ ਦਲਤ ਵਾਲਾ ਚਲੋ ਪੁਰਾਣੇ ਸਮੇਂ ਚ ਅਸੀਂ ਚੀਜ਼ਾਂ ਦੇਖਦੇ ਰਹੇ ਹੁਣ ਤਾਂ ਦਲਤ ਵੀ ਬਹੁਤ ਪੜੇ ਲਿਖੇ ਨੇ ਉਹਨਾਂ ਦੇ ਆਈਐਸ ਵੀ ਹੈਗੇ ਨੇ ਉਹਨਾਂ ਦੇ ਆਈਪੀਐਸ ਵੀ ਹੈਗੇ ਨੇ ਤੁਹਾਨੂੰ ਅਜਿਹੇ ਸਮੇਂ ਚ ਲੱਗਦਾ ਵੀ ਹਜੇ ਵੀ ਦਲਤ ਤੇ ਜੱਟ ਵਾਲੀ ਅਸੀਂ ਗੱਲ ਕਰ ਰਹੇ ਹਾਂ ਤਾਂ ਬੜੀ ਕੋਈ ਬਹੁਤ ਵੱਡੀ ਕਨਟਰਡਿਕਸ਼ਨ ਖੜੀ ਸਰਕਾਰ ਦੇਖਣੇ ਬੋਨਾ ਜੇ ਪੰਜਾਬ ਦੀ ਇਕਨੋਮੀ ਆ ਪੰਜਾਬ ਦੀ ਲੈਂਡ ਆ ਪੰਜਾਬ ਦਾ ਧਰਮ ਆ ਪੰਜਾਬ ਦਾ ਕਲਚਰ ਉਹ ਕਿਹੜੇ ਵਰਗ ਦਾ ਕਬਜ਼ਾ ਧਰਮ ਇੱਥੋਂ ਹੋਣਾ ਨਾ ਜਿਹੜਾ ਦਲਤ ਵਰਗਾਂ ਤੋਂ ਕਿੰਨੀਆਂ ਜਾਤਾਂ ਚ ਬੰਡੇ ਹੋਇਆ ਕਿੰਨਾ ਉਹ ਵੀਕਾ ਕਿੰਨੀ ਉਹਦੀ ਉਹ ਪਾਪੂਲੇਸ਼ਨ ਜਿਹੜੀ ਹੈਗੀ ਆ ਪਿੰਡਾਂ ਦੇ ਵਿੱਚ ਬੈਠੀ ਆ ਉਹਨਾਂ ਦੇ ਘਰ ਜਾ ਕੇ ਦੇਖ ਲੋ ਉਹਦੀ ਇਕਨੋਮੀ ਕੀ ਆ ਕਿਸ ਤਹੱਦ ਹੱਦ ਤੱਕ ਕਿੰਨੇ ਕ ਵਰਗੋ ਪੜ੍ਹੇ ਲਿਖਿਆਗਾ ਕਿੰਨੇ ਕੋਦੀ ਸਟਰੈਂਥ ਕਿੰਨੀ ਕ ਜਿਹੜਾ ਵਰਗ ਕੋਲੇ ਐਨੇ ਪੰਜਾਬ ਦੇ 80% ਦੀ ਜ਼ਮੀਨ ਆ ਪੰਜਾਬ ਦੀ ਪੋਲਿਟਿਕਸ ਦਾ ਉਹਦਾ ਕਬਜ਼ਾ ਸਾਰਾ ਉਹਦਾ ਉਹਦਾ ਅੰਥਾਰ ਰਿਹਾ ਤਾਂ ਸਾਰੀ ਸਾਰੀ ਚੱਲ ਰਹੀ ਆ ਮੈਂ ਪਹਿਲਾਂ 40 ਕਰੋੜ ਦੀ ਮਿਸਾਲ ਦੇ ਕੇ ਹਟਿਆ ਵੀ ਨਾਨੀ ਖਸਮ ਕਰੇ ਦੋ ਤਾਂ ਛੱਤੀਪੁਰੇ ਮਰੇ ਉਹ ਬੰਦੇ ਜਿਹੜੇ ਹੈਗੇ ਆ ਸਾਡੀ ਹਮਦਰਦੀ ਉਹਨਾਂ ਨਾਲ ਉਹ ਮੋਦੀ ਦੀ ਵਜਾ ਕਰਕੇ ਆ ਤੋਰਾ ਮੁਆਵਜ਼ਾ ਭਗਵਾਨ ਤੁਮਨ ਦੇਵੇ ੱੱਕਾ ਚਾਹੀਦਾ ਇਤੋਂ ਵੱਡੀ ਹੋਰ ਕੀ ਹੁੰਦੀ ਹੁੰਦੀ ਆ ਸੋ ਜਿਹੜਾ ਵਰਗ ਇੰਨਾ ਸ਼ਕਤੀਸ਼ਾਲੀ ਆ ਵੀ 40 ਕਰੋੜ ਲਿਜਾ ਸਕਦਾ ਗੱਟ ਤੇ ਗੋਡਾ ਧਰ ਕੇ ਉਹਦਾ ਹੁਣ ਦੂਜੇ ਵਰਗਾਂ ਨਾਲ ਰਬਈਆ ਕੀ ਹੋਊਗਾ ਇਹ ਦੇਖ ਲੋ ਫਿਰ ਇਹਦਾ ਹਿੱਲਾ ਕੀ ਦੇਖਦੇ ਹੋ ਤੁਸੀਂ ਵੈਸੇ ਜਿਹਾ ਦੇਖਿਆ ਜਾਵੇ ਕਿਉਂਕਿ ਆਪਾਂ ਨੂੰ ਯਾਦਾਂ ਦੇਖੋ ਸਰਕਾਰੀ ਜਾਂ ਪੁਲਿਸ ਇਨਵੈਸਟੀਗੇਸ਼ਨਾਂ ਤੇ ਯਕੀਨ ਕਰਨਾ ਹੋਊਗਾ ਆਪਦੇ ਤੌਰ ਤੇ ਤਾਂ ਇੱਕ ਹਾਲਾਤ ਵਿਗੜਨ ਵਾਲਾ ਇਹ ਤਾਂ ਦੇਖੋ ਜਿਹੜਾ ਤੱਕੇ ਸਾਹੀ ਅਗਰਾਹਾ ਗਰੁੱਪ ਦੀ ਹੁਣ ਉਹਨਾਂ ਨੂੰ ਆਪ ਹੀ ਵਕੀਲ ਬਣ ਕੇ ਆਪ ਹੀ ਜੱਜ ਬਣ ਕੇ ਉਹ ਕਹਿ ਰਹੇ ਆ ਵੀ ਇੱਥੇ ਐਸਸੀਐਸਟੀ ਐਕਟ ਨਹੀਂ ਲੱਗਦਾ ਵੀ ਦੂਜੇ ਪਾਸੇ 10 ਵੀ ਜਥੇ ਬਣਿਆ ਜਿਹੜਾ ਦਲਤ ਵਰਗ ਦੀਆਂ ਹੈਗਾ ਪ੍ਰਤੀਨਿਧਤਾ ਉਹ ਕਹਿੰਦੇ ਆ ਲੱਗਦਾ ਕੱਲਾ ਗਰੁੱਪ ਘਰੇ ਨਹੀਂ ਲੱਗਦਾ ਤੇ ਇਹਦਾ ਬਲੇ ਆ ਵੀ ਇਹਦੇ ਕਿਸੇ ਕਾਨੂੰਨ ਵੀ ਇਹਨੂੰ ਲਾਗੂ ਨਹੀਂ ਜੋ ਇਹਨੂੰ ਕਹਿੰਦਾ ਸੱਚ ਆ ਵੀ ਬੇਗਾਰ ਕਿਸੇ ਨੇ ਬੈਸਟ ਕੀਤਾ ਜੋਸੀ ਕਹਿੰਨੇ ਸਾਡੀ ਗੱਲ ਸੱਚ ਆ 20 ਜਥੇ ਬੰਦਿਆਂ ਝੂਠ ਬੋਲਦੀਆਂ ਅਸੀਂ ਸੱਚ ਕਹਿੰਨੇ ਆ ਐਸੀਐਸਟੀ ਐਕਟ ਦੀ ਵੀ ਜੇ ਦੇਖਿਆ ਜਾਵੇ ਇੱਕ ਜਿਹੜੀ ਬਾਉਂਡਰੀ ਲਾਈਨ ਆ ਉਹਦੇ ਵਿੱਚ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਵੀ ਕਿਹੜੀਆਂ ਹਾਲਾਤਾਂ ਦੇ ਵਿੱਚ ਲੱਗਦਾ ਉੱਥੇ ਜਿਹੀ ਹਾਲਾਤ ਕਿਹੜੇ ਦੇਖਦੇ ਹੋ ਤੁਸੀਂ ਵੀ ਐਸੀਐਸਟੀ ਐਕਟ ਨੂੰ ਲੈ ਕੇ ਉਹਨਾਂ ਨੂੰ ਮਾੜੀ ਸ਼ਬਦਾਵਲੀ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਦੇਖੋ ਮਾੜੀ ਸ਼ਬਦਾਵਲੀ ਨਹੀਂ ਹੁੰਦੀ ਇਹ ਕਹਿੰਦੇ ਉਹ ਵੀਡੀਓ ਹੋਣ ਘਟਣਾ 2 ਘੰਟੇ 3 ਘੰਟੇ ਚੱਲੀ ਰਾਤ ਦੇ 12 ਵਜੇ ਤੱਕ ਤੇ ਉਥੇ ਕੀ ਪਤਾ ਹੁਣ ਜਿਹੜਾ ਮਤਲਬ ਕਿੰਨੀਆਂ ਕਿ ਗਾਲਾਂ ਨਿਕਲੀਆਂ ਕਿੰਨੀਆਂ ਗਾਲੀ ਗਲੋਸ਼ਨ ਨੂੰ ਹੋਏ ਆ ਉਹ ਨਹੀਂ ਰਿਕਾਰਡ 'ਚ ਆਇਆ ਪਰ ਜੇ ਕਿਸੇ ਦਲਤ ਨੂੰ ਇਸ ਰੂਪ 'ਚ ਵੀ ਲੋ ਜੀ ਦਲਤ ਕਰਕੇ ਨੇ ਕੁੱਤੇ ਕਈ ਕਹਿ ਰਹੇ ਨੇ ਹੁਣ ਜਿਹੜਾ ਕਿਸਾਨ ਆ ਤਾਂ ਕਿਸਾਨ ਆਗੂ ਕੁੱਟ ਰਹਾ ਉਹਦਾ ਜਿਹੜਾ ਬਾਡੀ ਜੈਸਚਰ ਆ ਉਹਦਾ ਪਹਿਨਣ ਪੱਚਰ ਨਾਲ ਤੇ ਦੂਜੇ ਪਾਸੇ ਜਿਹੜੇ ਮੁੰਡੇ ਕੁੱਤੇ ਜਾ ਰਹੇ ਨੇ ਉਹ ਤਾਂ ਅੰਨਿਆਂ ਨੂੰ ਦਿਖਾਈ ਦੇ ਰਹੇ ਨੇ ਬਿਜਾਰੋ ਦਲਤ ਬੇੜਾ ਨਾਲ ਸੰਬੰਧਤ ਨੇ ਕਾਲੇ ਕੁਲੂਟੇ ਬੰਦੇ ਨੇ ਜਿਨ੍ਹਾਂ ਦੀਆਂ ਸਕਲਾਂ ਵੀ ਖਰਾਬ ਹੋਈਆਂ ਪੰਜਾਂ ਅਕਲਾਂ ਵੀ ਖਰਾਬ ਹੋਈਆਂ ਪੰਜਾਂ ਪੱਤੇ ਚਿੱਟੇ ਹੁੰਦੇ ਕੱਪੜੇ ਪਾਏ ਬੈਨ ਤੇ ਦੂਜੇ ਪਛਣ ਚਿੱਟਾ ਕੁਰਤਾ ਪਜਾਮਾ ਪਾਵਾ ਪੱਗ ਬੰਨੀ ਵੀ ਆ ਇਹ ਤਾਂ ਸਪਸ਼ਟ ਪਤਾ ਹੋ ਜਾਂਦਾ ਤੁਸੀਂ ਖੜਾ ਦਿਓ ਇੱਕ ਪਾਸੇ ਜਗਿੰਦਰ ਸਿੰਘ ਹੋ ਰਾਹਾਂ ਅਰਗਨ ਖੜਾ ਦਿਓ ਚਿੱਟੇ ਪਜਾਮਾ ਕੁਰਤੇ ਪਜਾਮਾ ਤੇ ਗੋਗੜਾ ਵਾਲ ਨੂੰ ਦੂਜੇ ਪਾਸੇ ਮਿਹਦੂਰ ਜੱਥੇ ਬੰਦੇ ਨੂੰ ਖੜਾ ਦਿਓ ਬੰਦੇ ਤੁਸੀਂ ਇਹਨਾਂ ਨੂੰ ਕਿਸ ਨੂੰ ਕਹਦੇ ਹੋ 10000 ਕੀ ਆ ਉਹ ਕਰੋ ਜਿਆਦਾ ਮਨ ਨੂੰ ਬੇੜਾ ਆਲੇ ਲੱਗਦਾ ਆ ਮਨ ਨੂੰ ਜਟਾ ਆਲੇ ਲੱਗਦੇ ਆ ਤੋ ਇਸ ਕਰਕੇ ਆ ਜਿਹੜੀਆਂ ਗੱਲਾਂ ਹਨ ਉਹ ਪੈਨਸੀ ਪਤਾ ਇਹ ਤਾਂ ਸਿਰਫ ਸੱਚੀ ਕੀ ਹੁੰਦਾ ਬਿਹਾਰ ਚ ਤਰਾਈ ਹੁੰਦੀ ਸੱਚੀ ਵੀ ਐ ਕਹੋ ਜੀ ਜਿਹੜਾ ਇਹ ਐਕਟ ਆ ਇਹ ਐਕਟ ਨੂੰ ਜਿਹੜਾ ਇਥੋਂ ਦੀ ਆਰ ਸਸਾ ਬ੍ਰਾਹਮਣਵਾਦ ਆ ਉਹ ਵੀ ਇਹਦਾ ਇੰਨਾ ਹੀ ਬੈਰੀ ਆ ਤੇ ਪੰਜਾਬ ਦੇ ਜਿਹੜੇ ਕਿਸਾਨ ਉਹ ਵੀ ਉਹਦਾ ਇੰਨਾ ਹੀ ਬੈਰੀ ਆ ਕਿਉਂਕਿ ਇੱਕੋ ਇੱਕ ਐਕਟ ਆ ਜਿਹੜਾ ਦਤ ਦੇ ਸਵੈ ਮਾਨ ਦੀ ਰਾਖੀ ਕਰਦਾ ਜੇ ਉਹਨਾਂ ਨੂੰ ਇਹ ਵੀ ਐਕਟ ਖਤਮ ਹੋਣਾ ਚਾਹੀਦਾ ਐਕਟ ਖਤਮ ਕਰਨ ਦਾ ਮੀਨਿੰਗ ਕੀ ਆ ਪਰ ਨਜਾਇਜ਼ ਚੀਜ਼ਾਂ ਵੀ ਤਾਂ ਹੁੰਦੀਆਂ ਹੋਣੀਆਂ ਨਾ ਜੇ ਤਾਂ ਹੁੰਦਾ ਪਰ ਜਿਹੜੇ ਹੁਣ ਤੱਕ ਉਸਾਈ ਉਹਨਾਂ ਜਾਇਜ਼ ਸਕਦੇ ਸਦਿਆਂ ਤੋਂ ਹੋ ਰਹੀ ਆ ਉਰਾ ਕਿਤੇ ਇਨਸਾਫ ਹੋਇਆ ਥਾਣਾ ਤੇ ਦਲਤਵਾਰ ਨੂੰ ਕਿੰਨਾ ਕ ਇਨਸਾਫ ਮਿਲਦਾ ਉਹ ਥਾਣੇਦਾਰ ਕਿਹਦੇ ਹੁੰਦੇ ਤਕੜੇ ਦੇ ਹੁੰਦੇ ਆ ਨਾ ਅਗਲਾ ਜਾ ਕੇ ਪੈਸੇ ਦੇ ਕੇ ਹੋ ਕਰ ਲੈਂਦਾ ਸਾਸੀ ਤੌਰ ਤੇ ਦੇਖਈ ਅਸੀਂ ਹਲਾ ਕਿਸੇ ਨਾ ਕਿਸੇ ਮੰਤਰੀ ਦਾ ਫੋਨ ਕਰਾ ਜਾਂਦਾ ਦਲਤ ਦੀ ਕੌਣ ਸੁਣਦਾ ਉੱਥੇ ਦੇਖਿਆ ਨਾ ਕੌਣ ਸੁਣਦਾ ਉੱਥੇ ਕੌਣ ਕੌਣ ਖੜਦਾ ਉੱਥੇ ਜਿਹੜਿਆ ਪੰਚਾਇਤਾਂ ਦੇ ਬੱਚੇ ਤੇ ਦੋਰ ਪਾ ਜਾਂਦਾ ਪੰਚਾਇਤਾਂ ਕੀ ਦੀ ਕਰਦੀਆਂ ਕਿਤੇ ਦਲਤ ਨੂੰ ਇਨਸਾਫ ਮਿਲਿਆ ਜਾਂ ਦੱਸ ਦਿਓ ਇੱਕੋ ਇੱਕ ਐਕਟ ਆ ਇਹ ਕੱਲਾ ਇਹੀ ਨਹੀਂ ਐਕਟ ਐ ਕਿ ਸਬੈ ਮਾਨ ਦੀ ਰਾਖੀ ਕਰਨ ਦੀ ਖਾਤਰ ਆ ਅੱਜ ਜੀ ਮੈਂ ਦਲਿਤ ਇਹ ਪੱਕਾ ਮੋਰਚਾ ਲਾ ਰਿਹਾ ਐ ਐਕਟ ਖਤਮ ਕਰਾਉਣ ਦੀ ਖਾਤਰ ਇਹਦਾ ਇਹੀ ਨਹੀਂ ਗੱਲ ਅਗਰਾਹਾ ਗਰੁੱਪ ਦਾ ਕੱਲੇ ਐਕਟ ਦੇ ਵਿਰੋਧ ਆ ਇਹਦਾ ਰਿਜ਼ਰਵੇਸ਼ਨ ਦਾ ਵੀ ਵਿਰੋਧ ਆ ਬੀਰਾਂ ਦੀ ਰਿਜ਼ਰਵੇਸ਼ਨ ਵੀ ਖਤਮ ਹੋਣੀ ਚਾਹੀਦੀ ਆ ਅਗਰਾਹਾ ਦੀ ਕੱਲੇ ਦੇ ਪਿੱਛੇ ਸਿਆਸੀ ਉਹਦੀ ਲਾਈਨ ਆ ਬਕਾਇਦਾ ਸ਼ੋਅਸ ਕਰਕੇ ਅੱਜ ਇਹ ਐਕਟ ਖਤਮ ਕਰਾਉਂਦਾ ਇਟ ਮੀਨ ਜੇ ਆ ਵੀ ਦਲਿਤ ਵਰਗ ਤੇ ਜ਼ਬਰਦਸਤ ਹੋਊਗਾ ਜਿਹੜੇ ਬੰਦੇ ਪਹਿਲਾਂ ਹੀ ਬੈਠੇ ਨੇ ਕੋਈ ਮਾੜਾ ਮੋਟਾ ਡਰ ਹੈਗਾ ਉਹ ਡਰ ਵੀ ਚੱਕਾ ਜਾਣਾ ਜਾਂ ਦੂਜੀ ਗੱਲ ਕਹਣਾ ਕੁੱਟ ਲੋ ਮਾਰ ਲੋ ਮੁੜ ਕੇ ਕੰਮੋਰ ਚਲਾ ਦੋ ਇਹ ਐਕਟ ਨਹੀਂ ਲੱਗਣ ਦੇਣਾ ਸੀ ਇਹ ਤਾਂ ਬਹੁਤ ਦਲਤ ਵਰਗ ਦਾ ਕੀ ਆ ਵੀ ਨਾਲੇ ਚੋਰੀ ਨਾਲੇ ਸੀਨਾ ਚੋਰੀ ਵੀ ਨਾਲੇ ਕੁੱਟ ਲੋ ਮਾਰ ਲੋ ਨਾਲੇ ਉਹਦੋਂ ਵੱਲ ਜਿਵੇਂ ਐਕਟ ਨਹੀਂ ਲੱਗਣ ਦੇਣਾ ਫਿਰ ਤੁਹਾਡੇ ਕੋਲੇ ਕਜ਼ਹਿਰੀਆਂ ਬੈਠੀਆਂ ਤੁਸੀਂ ਗਵਾਹਾਂ ਪਕਤਾਓ ਗਲਤ ਲੱਗਦਾ ਹਜ਼ਾਰਾਂ ਕਿਸਾਨਾਂ ਦੇ ਵਿੱਚ ਪੁਲਿਸ ਗਲਤ ਧਰਾਮਾ ਲਾ ਦਿੰਦੀ ਆ ਵੇਸ਼ ਕਰ ਦਿੰਦੀ ਆ ਜੱਜ ਜਾ ਕੇ ਪਹਿਲੀ ਪੱਛੀ ਦੀ ਤੋੜ ਦਿੰਦਾ ਵਕੀਲ ਖੜੇ ਹੁੰਦੇ ਨੇ ਅਗਲਾ ਕਹਣਾ ਜੀ ਇਹ ਤਾਂ ਵੱਡੇ ਵਕੀਲ ਵੀ ਕਰ ਸਕਦੇ ਆ ਇਨਾਂ ਕੋਲ ਕਿਹੜਾ ਪੈਸੇ ਦੀ ਘਾਟ ਆ ਪਰ ਜਨ ਜਾਨ ਸਾਰੇ ਪਹਿਲੇ ਪੱਛੀ ਦੀ ਕਹਿ ਦੇਣਗੇ ਇਹਦੀ ਖਤਰੋ ਹਾਈ ਕੋਰਟ ਚ ਵੀ ਰੈਟ ਪਾ ਸਕਦੇ ਆ ਤੁਸੀਂ ਐਡੇ ਵੱਡੇ ਜਿਵੇਂ ਇੱਕ ਉਗਰਾਹਾਂ ਜਿੱਥੇ ਬੰਦੀ ਤੇ ਐਡੇ ਵੱਡੇ ਇਲਜ਼ਾਮ ਲਾਏ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਜਦੋਂ ਕਿਸਾਨਾਂ ਦੀ ਰਾਖੀਆਂ ਨੂੰ ਲੈ ਕੇ ਕਿਸਾਨੀ ਹੱਕੀ ਦੀਆਂ ਰਾਖੀਆਂ ਨੂੰ ਲੈ ਕੇ ਉਹਦੇ ਚ ਦੇਖੋ ਜੇ ਕਿਸਾਨ ਬਚੂਗਾ ਮਜ਼ਦੂਰ ਵੀ ਤਾਂ ਹੀ ਬਚੂਗਾ ਕਿਵੇਂ ਬਚੂਗਾ ਪਰ 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 ਉਹਦੇ ਚ ਤੁਹਾਨੂੰ ਨਹੀਂ ਲੱਗਦਾ ਵੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਪਿੱਛੇ ਛੱਡ ਕੇ ਸਿਰਫ ਇੱਕ ਇੱਕ ਇਨਸੀਡੈਂਟ ਨੂੰ ਲੈ ਕੇ ਅਸੀਂ ਉਹਨਾਂ ਨੂੰ ਜੱਜ ਕਰ ਰਹੇ ਆਂ ਵੀ ਨਹੀਂ ਜਿਉਗਰਾਹਾਂ ਹੋਰੇ ਤਾਂ ਠੀਕ ਨਹੀਂ ਹੈਗੇ ਉਰਾਹ ਹੋਰੇ ਗਲਤ ਨਹੀਂ ਇੱਕ ਤਾਂ ਪਹਿ ਕੀ ਗੱਲ ਵੀ ਕਿਸਾਨ ਨਾਲ ਕਿਉਂ ਸੰਬੰਧ ਆ ਉਹਦੇ ਨਹੀਂ ਦਿਹਾੜੀ ਉਹਨੇ ਖੇਤਾਂ ਦੀ ਕਰਨੀ ਆ ਇਹਦਾ ਮਤਲਬ ਤੁਸੀਂ ਉਹ ਗੁਲਾਮ ਬਣਾ ਲੈਣਾ ਵੀ ਜਰ ਉਹ ਖੇਤਾਂ ਦੀ ਦਿਹਾੜੀ ਕਰੇ ਉਹ ਝੋਨਾ ਲਾਵੇ ਨਹੀਂ ਉਹ ਝੋਨਾ ਲਾਵੇ ਤਾਂ ਬਚਣਾ ਬਤਨ ਤਾਂ ਹੀ ਹੈ ਨਾ ਜੋ ਝੋਨਾ ਲਾਵੇ ਉਹਦੇ ਦਿਹਾੜੀਆਂ ਕਰੇ ਉਹ ਮਰਜ਼ੀ ਦੀ ਔਰ ਦਿਨ ਉਹ ਕਿਉਂ ਲਾਵੇ ਝੋਨਾ ਵੀ ਕਿਉਂ ਕਰੇ ਦਿਹਾੜੀਆਂ ਸਕੂਲੋਂ ਜਾਣ ਨੂੰ ਕੌਣ ਰੋਕ ਰਿਹਾ ਉਹਨਾਂ ਦੇ ਬੱਚਾ ਨੂੰ ਉਹ ਖੁਦ ਅਵੇਅਰ ਕਿਉਂ ਨਹੀਂ ਹੋ ਰਹੇ ਇਸ ਚੀਜ਼ ਨੂੰ ਲੈ ਕੇ ਵੀ ਜੱਜ ਪੜਨਗੇ ਤਾਂ ਹੀ ਸਾਡੇ ਬੱਚੇ ਕੇ ਚੰਗੇ ਤਾਂ ਹੁਣ ਇੱਕ ਤਾਂ ਤਾਂ ਕਰੇ ਸਾਰਾ ਕੁਛ ਆ ਜ਼ਮੀਨ ਜਾਇਦਾ ਦਾ ਖੇਤੀਆ ਸਾਰਾ ਕੁਝ ਚੱਲਦਾ ਉਹਨੂੰ ਇਹ ਵੀ ਪਤਾ ਵੀ ਕਰਦਾ ਹੈਗਾ ਮੇਰਾ ਮਾਫ ਹੋ ਜਾਣਾ ਦੂਜੇ ਪਾਸੇ ਇੱਕ ਬੱਚੇ ਦੀ ਮਾਂ ਜਿਹੜੀ ਨਰੇਗਾ ਚ ਗਈ ਆ ਉਹ ਸਰੀਰ ਵਾਲਿਆ ਉਹ ਬੱਚਾ ਕਿਵੇਂ ਪੜ੍ਹਦਾ ਉਹਦਾ ਮਾਹੌਲ ਹੋਏਗਾ ਪੜਨ ਵਾਲਾ ਫਿਰ ਸਰਕਾਰੀ ਸਕੂਲਾਂ ਚ ਥੇ ਟੀਚਰ ਹੈ ਨਹੀਂ ਦੂਜੇ ਪਾਸੇ ਕਿਸਾਨੀ ਦੇ ਮੂਹ ਮੰਨ 95% ਬੱਚੇ ਪ੍ਰਾਈਵੇਟ ਚੰਗੇ ਸਕੂਲਾਂ ਚ ਪੜ੍ਹਦੇ ਨੇ ਜ਼ਮੀਨਦਾਰ ਸਮਾਨ ਦਾ ਫਰਕ ਆ ਇਹ ਜਿਹੜਾ ਬਣਾਇਆ ਜਾ ਰਿਹਾ ਨਾ ਫਿਰ ਬਚੂ ਕਿਸਾਨ ਜੇ ਕਿਸਾਨ ਬਚਦਾ ਮਜ਼ਦੂਰ ਇਹ ਬਹੁਤ ਵੱਡਾ ਇੱਕ ਭਰਮ ਸਿਰਜਿਆ ਜਾ ਰਿਹਾ ਤਾਂ ਕਿ ਬਈ ਇਹ ਗੁਲਾਮੀ ਬੁਰਦ ਨਾ ਬੋਲਣ ਮੇ ਤੁਸੀ ਤਾਂ ਜਿਵੇਂ ਤੁਸੀਂ ਝੋਨਾ ਲਾਉਨੇ ਆ ਜਿਵੇਂ ਤੁਹਾਨੂੰ ਮਨਮਰਜ਼ੀ ਤੋਂ ਪੈਸੇ ਦਿੰਦੇ ਨੇ ਧਿਆੜਕ ਦਿੰਦੇ ਓਵੇਂ ਜਿਵੇਂ ਲੈ ਲਓ ਤਾਂ ਬਚੋਗੇ ਉਹਨਾਂ ਲਈ ਹਜ਼ਾਰਾ ਕਿਤੇ ਨੇ ਟੈਕਨੀਕਲੀ ਕਿਤੇ ਨੇ ਉਹ ਟੈਕਨੀਕਲੀ ਕਿਤੇ ਸਿੱਖਣ ਉਹ ਸਾਰਾ ਕੁਝ ਸਿੱਖਣ ਉਹ ਮੋਟ ਨਹੀਂ ਕਰਦੇ ਕਿਉਂ ਨਹੀਂ ਜਾਂਦੇ ਨੇ ਵਿਚਾਰੇ ਨਿਕਲਦੇ ਉਹਨੂੰ ਹਾਲਾਤ ਹੁੰਦਾ ਨਾ ਕਰਦੇ ਹਾਲਾਤ ਕਿਵੇਂ ਪੇਸ਼ ਕੇ ਜਾਣ ਦਿੰਦਾ ਤੁਸੀਂ ਜਾ ਕੇ ਹਾਲਾਤ ਆ ਦੇਖੋਂਦੇ ਘਰਾਂ ਦੇ ਜੇ ਉਹਦੇ ਘਰ ਤੋਂ ਨਿਕਲਣਗੇ ਵੀ ਸਾਲ ਦੋ ਸਾਲ ਟੈਕਨੀਕਲ ਕੰਮ ਸਿੱਖਣ ਨੂੰ ਵੀ ਲੱਗਦਾ ਨਾ ਉਹਦੇ ਘਰ ਦੇ ਹਾਲਾਤ ਅਲੋ ਕਰਦੇ ਨੇ ਜੇ ਤਾਂ ਨਹੀਂ ਕਰਦੇ ਕਰਦੇ ਫਿਰ ਦੱਸੋ ਵੀ ਕਰਦੇ ਆ ਜੀ ਇਸ ਕਰਕੇ ਇਹ ਬਹੁਤ ਗੁੰਝਲਦਾਰ ਮਾਮਲਾ ਉਹਦੇ ਵਿਕਾਸ ਦਾ ਡਿਵੈਲਪਮੈਂਟ ਦਾ ਉਹ ਤੇ ਇੰਡੀਵਿਜੂਅਲ ਡਿਵੈਲਪਮੈਂਟ ਹੋ ਰਹੀ ਹੈ ਕਿਸਾਨੀ ਦੀ ਕਮਿਊਨਿਟੀ ਡਿਵੈਲਪਮੈਂਟ ਹੋ ਰਹੀ ਹੈ ਇਹਨਾਂ ਦੀ ਇੰਡੀਵਿਜੂਅਲ ਹੋ ਰਹੀ ਹੈ ਕੋਈ ਨੌਕਰੀ ਲਾ ਰਿਹਾ ਕੋਈ ਪੜ੍ਹਾਈ ਕਰਕੇ ਕੋਈ ਰਾਜ ਮਿਸਤਰੀ ਬਣ ਗਿਆ ਕੋਈ ਕੁਸ ਬਣ ਗਿਆ ਹੇ ਨਬੂਦਲ ਮਲਪਟਾ ਇਹਨੂੰ ਦੇਖਣਾ ਪਊਗਾ ਦੂਜੇ ਪਾਸੇ ਰਾਈ ਸਾਹਿਬ ਚਲੋ ਜੇ ਉਹ ਗੱਲ ਕਰੀਏ ਜਦੋਂ ਹੁਣ ਚੱਲੀ ਏ ਇਸ ਪਾਸੇ ਨੂੰ ਐ ਵੀ ਰਿਜ਼ਰਵੇਸ਼ਨ ਵਾਲੇ ਪਾਸੇ ਨੂੰ ਜੱਜ ਮੈਂ ਅਸੀਂ ਦਰਤਪਾਈ ਚਾਰੇ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਆਮ ਸ਼੍ਰੇਣੀ ਦੀ ਗੱਲ ਕਰ ਲੈਂਦੇ ਚਲੋ ਜਨਰਲ ਦੀ ਗੱਲ ਕਰ ਲੈਂਦੇ ਆ ਪਰ ਅੱਜ ਕੱਲ ਤਾਂ ਜਨਰਲ ਵਾਲੇ ਜ਼ਿਆਦਾ ਪਿੱਟ ਰਹੇ ਨੇ ਜਨਰਲ ਵਾਲੇ ਕਹਿੰਦੇ ਕਿ ਅਸੀਂ ਨੰਬਰ ਲੈਣ ਦੇ ਵੀ ਮਰ ਜਾਂਦੇ ਆ ਪੜਦੇ ਵੀ ਮਰ ਜਾਂਦੇ ਆ ਉਸ ਤੋਂ ਬਾਅਦ ਦੇ ਵਿੱਚ ਪਿੱਛੋਂ ਇੱਕ ਰਿਜ਼ਰਵੇਸ਼ਨ ਵਾਲਾ ਆਉਂਦਾ ਉਹ ਘੱਟ ਨੰਬਰ ਵੀ ਉਹਦੇ ਘੱਟ ਹੁੰਦੇ ਨੇਗੇ ਕੈਪੇਬਲ ਤਾਂ ਦੇਖੋ ਕਈ ਕੈਟੇਗਰੀਆਂ ਇਸ ਤਰ ਕਿ ਕਿਤੇ ਨਾ ਕਿਤੇ ਕਹਿੰਦੇ ਆਖੇ ਉਹ ਮੋਰਚਾ ਮਰ ਜਾਂਦੇ ਨੇ ਜਨਰਲ ਵਾਲੇ ਫਿਰ ਪਿੱਛੇ ਰਹਿ ਜਾਂਦੇ ਨੇ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਆ ਜਾਂਦੀ ਹੈ ਰਿਜ਼ਰਵੇਸ਼ਨ ਨੂੰ ਲੈ ਕੇ ਉਹ ਕਹਿੰਦੇ ਵੀ ਇੱਕ ਤੁਸੀਂ ਪਾਇਦਾਨ ਯਾਨੀ ਕਿ ਜੇ ਸਪੋਜ਼ ਕਰੋ 3 ਨੰਬਰ ਨੇ 3 ਨੰਬਰ ਟੱਪ ਗਿਆ ਉਹ ਬੰਦੇ ਨੂੰ ਜਨਰਲ ਚ ਗਣੀ ਜਾ ਰਹੇ ਨੇ ਪਿੱਛੇ ਐਸਸੀ ਦੀ ਜਿਹੜੀ ਜਾਂ ਦਲਿਤ ਪਾਈਚਾਰੀ ਦੇ ਰਿਜ਼ਰਵੇਸ਼ਨ ਵਾਧੀ ਜਾ ਰਹੀ ਹੈ ਜਨਰਲ ਵਾਲੇ ਵੀ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਉਡੀ ਪਰੇਸ਼ਾਨੇ ਤਾਂ ਸਿਸਟਮ ਸਾਰਾ ਲੱਗਦਾ ਵੀ ਦੁਬਾਰੇ ਕ੍ਰੀਏਟ ਕਰਨਾ ਇੱਕ ਪ੍ਰੀਮੀਅਰਿਟ ਕਲਾਸ ਕਹਿੰਦੇ ਆ ਜਿਹਨੂੰ ਸੁਖ ਸਹੂਲਤਾ ਮੰਨਣ ਜਨਰਲ ਬਰਕਰਾਰ ਹਜ਼ਾਰਾਂ ਸਾਲ ਤੋਂ ਉੱਚ ਨਾ ਨੂੰ ਜਾਤਾ ਦਾ ਅਰਥ ਬਤ ਕਰਿਆ ਉਹ ਤਾਂ ਮੌਜਾਂ ਮਾਣੀਆਂ ਜਿਹੜੇ ਇੱਕ ਗ੍ਰੀਮ ਨੇ ਇੱਕ ਮਿੰਟਾਂ ਪਾਣੀਆਂ ਦੇ ਜਾਂ ਜੱਟਾਂ ਦੇ ਜਵਾਗ ਗਰੀਬੀ ਹੈਗੇ ਨੇ ਤੁਸੀਂ ਜੀ ਦੇਖੋ ਨਹੀਂ ਨਹੀਂ ਤੁਸੀਂ ਅੰਕੜੇ ਦੇਖੋ ਗਰੀਬ ਤੇ ਗਰੀਬ ਨਾ ਨਹੀਂ ਹੋ ਜੂਗੀ ਤੁਸੀਂ ਡਿਟਰਮਨ ਦੇਖੋ ਮੀਡੀਆ ਦੇ ਬੱਚਾ ਰੋਲ ਲਗਾ ਦੇ ਨਹੀਂ ਪੁੱਛਿਆ ਸੀ ਵੀ ਮੀਡੀਆ ਦੇ ਵਿੱਚ ਕਿੰਨੇ ਆ ਸਾਰੇ ਬ੍ਰਾਹਮਣ ਹੀ ਬੈਠੇ ਨਾ ਪ੍ਰਿੰਟ ਮੀਡੀਆ ਚ ਕਿੰਨੇ ਆ ਇਲੈਕਟ੍ਰੋਨਿਕ ਮੀਡੀਆ ਚ ਕਿੰਨੇ ਆ ਅਫਸਰ ਸਾਈਜ਼ ਕਿੰਨੇ ਆ ਉਹਦੀ ਪਾਪੂਲੇਸ਼ਨ ਕਿੰਨੀ ਆ ਉਥੋਂ ਡਿਟਰਮਨ ਕਰਾਂਗੇ ਨਾ ਤੇ ਡਾਕਟਰ ਕਿੰਨੇ ਨੇ ਤੇ ਹੋਰ ਵੱਡੇ ਵੱਡੇ ਟੈਕਨੋਕਰੇਟ ਕਿੰਨੇ ਨੇ ਸਾਰੇ ਅਫਸਰ ਚਾਈਜ਼ ਕਿੰਨੇ ਪੋਲਿਟਿਸ਼ੀਅਨ ਕਿੰਨੇ ਨੇ ਉੱਪਰ ਘਟਦੇ ਨਾ ਉਹਨੇ ਪਾਪੂਲੇਸ਼ਨ ਕਿੰਨੀ ਅਦਲਤ ਮਾਰਨ ਦੇ ਮੁਕਾਬਲੇ ਇਹ ਵੀ ਦੇਖੋ ਨਾ ਦੂਸਰੀ ਸاسي ਲੋਕਾਂ ਨਹੀਂ ਤਾਂ ਆਖਰਕਾਰ ਸਾਰਾ ਸਿਸਟਮ ਵਿਗਾੜਿਆ ਉਹ ਸਦੀਆਂ ਤੋਂ ਉਹਨੇ ਉਹ ਕਹਿੰਦਾ ਵੀ ਸਭ ਠੀਕ ਹੈ ਜਿਹੜਾ ਹਾਰਿਆ ਉਹ ਕਹਿੰਦਾ ਤੁਹਾਨੂੰ ਇਹਦੇ ਨਾਲ ਹੀ ਦੱਸਦਾ ਗੱਲ ਹਾਈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ ਇਹਨਾਂ ਬਾਰੇ ਵੀ ਇਹ ਜਿਹੜੇ ਹੈਗੇ ਆ ਘਟ ਘਟ ਨੰਬਰ ਲੈ ਕੇ ਅੱਗੇ ਵੱਧ ਜਾਂਦੇ ਆ ਉਹ ਸੁਪਰੀਮ ਕੋਰਟ ਦੇ ਜੱਜ ਨੇ ਇੱਕ ਬੜਾ ਸਿਆਣਾ ਜੱਜ ਸੀ ਆਂਧਰਾ ਦਾ ਉਹ ਮੇਰੇ ਨਾਨੀ ਹੁਣ ਚੱਤੇ ਆ ਰਿਹਾ ਉਹਨੇ ਗੱਲ ਕਹੀ ਸੀ ਵੀ ਇੱਕ ਮੈਦਾਨ 'ਚ ਤੁਸੀਂ ਖੜੇ ਹੋ ਇੱਕ ਬੱਚੇ ਦੀ ਤੁਸੀਂ ਲੱਤ ਬੰਨ੍ਹ ਦੋ ਉਹਨੂੰ ਕੋਹ ਸਾਡੇ ਬਰਾਬਰ ਭੱਜ ਉਹ ਕਿਵੇਂ ਭੱਜੂ ਸਾਡੇ ਬਰਾਬਰ ਉਹਨੂੰ ਤਾਂ ਫਿਰ ਉਹ ਬਰਾਬਰ ਰੇਸੋ ਦੇਣੀ ਪੈਣੀ ਆ ਅਮਰੀਕਾ ਵਾਲਿਆਂ ਨੇ ਇੱਕ ਕਾਰਟੂਨ ਬਣਾ ਕੇ ਸਮਝਾਇਆ ਸੀ ਜੋ ਸਾਹਮਣੇ ਕੰਦ ਦਾ ਕੰਦ ਦੇ ਪਰਲੇ ਪਸੇ ਕ੍ਰਿਕਟ ਦਾ ਮੈਚ ਚੱਲ ਰਿਹਾ ਇੱਕ ਦਾ ਕੱਦ ਲੰਬਾ ਉਹ ਮੈਚ ਦੇਖ ਰਿਹਾ ਇੱਕ ਥੋੜਾ ਦਰਮਿਆਨਾ ਉਹ ਦੇਖ ਰਿਹਾ ਤੇ ਤੀਜਾ ਬੱਚਾ ਕੰਦ ਚੱਕਦਾ ਉਹ ਕੋਲ ਥੱਲੇ ਸਟੂਲ ਦੇਣਾ ਪਊ ਇਹ ਬੜਾ ਜਿਹੜਾ ਸਦੀਆਂ ਤੋਂ ਪਛੜੇ ਥੱਲੇ ਸਟੂਲ ਦੇ ਕੇ ਬਰਾਬਰ ਕਰਨਾ ਪਊਗਾ ਔਰ ਰਿਜ਼ਰਵੇਸ਼ਨ ਸਿਰਫ ਸਟੂਲ ਦੇ ਕੇ ਬਰਾਬਰ ਕਰਨ ਦੀ ਆ ਉਹਨਾਂ ਕੋਲੇ ਜਿਹੜੀ ਗੱਲ ਸਮਝਣ ਵਾਲੀ ਆ ਜਿਹੜੀ ਜਾਤ ਆ ਜਾਤ ਵੀ ਆਪਣੇ ਆਪ 'ਚ ਬਿਲਥ ਵੀ ਆ ਰਿਸੋਰਸ ਵੀ ਆ ਜਿਹੜੀ ਪ੍ਰਕਾਸ਼ਟ ਆ ਇਹਦੀ ਜਾਤ ਬਿਲਥ ਵੀ ਆ ਰਿਸੋਰਸ ਵੀ ਆ ਕਿ ਉਹਨਾਂ ਨੂੰ ਕਿਤੇ ਜਾਤ ਆਧਾਰਿਤ ਬਦਕਰੀਆਂ ਸਾਹਮਣੇ ਨਾ ਕਰਨਾ ਪਿਆ ਉਹਦੀ ਮਾਨਵਤਾ ਵੀ ਤਾਂ ਅਥਾਰਟੀਟੇਟਿਵ ਆ ਨਾ ਇਹਨਾਂ ਲੋਕਾਂ ਨੂੰ ਸਦੀਆਂ ਤੋਂ ਦਾ ਜਾਤ ਆਧਾਰਿਤ ਦਰਕਾਰਿਆ ਵੀ ਤਾਂ ਗਿਆ ਨਾ ਅਪਮਾਨਿਤ ਵੀ ਤਾਂ ਕੀਤਾ ਗਿਆ ਨਾ ਉਹਦੀ ਮਾਨਵਤਾ ਕਿੱਥੇ ਹੋਊਗੀ ਸਰਜੀਤ ਹਾਸਕ ਬਹੁਤ ਵੱਡਾ ਵਿਦਵਾਨ ਹੋਇਆ ਉਹਨੇ ਅਮਰੀਕਾ ਦੇ ਕਿਤਾਬ ਦਾ ਹਵਾਲਾ ਦਿੱਤਾ ਸੀ ਜਿਹੜੇ ਕਾਲੇ ਲੋਕ ਆ ਉਹ ਕਹਿੰਦਾ ਕਾਲੇ ਲੋਕ ਸਦੀਆਂ ਤੋਂ ਦਰਕਾਰੇ ਹੋਇਆ ਉਹਨਾਂ ਦੇ ਦਰਕਾਰ ਦਾ ਛਿੱਟਾ ਇਹ ਨਿਕਲਿਆ ਬੰਦੀ ਜਿਹੜੀ ਉਮਰ ਆ ਬਹੁਤ ਸਦੀ ਬਿਮਾਰੀਆਂ ਨੂੰ ਭਾਰੂ ਹੋ ਜਾਂਦੀਆਂ ਕੋ ਮਾਨਸਿਕ ਤੌਰ ਤੇ ਵੀ ਹਮੇਸ਼ਾ ਡਰਤ ਜਿਉਂਨੇ ਮੈਂ ਪੰਜਾਬ ਦੇ ਬੱਚ ਸਾਡੇ ਪਿੰਡ ਦੀ ਮਿਸਾਲ ਦੇਣ ਲੱਗਿਆ ਇਸੇ ਮਾਮਲੇ 'ਚ ਮੈਂ ਜਿੱਥੇ ਕੋਈ ਜ਼ਿੰਮੇਵਾਰ ਦਾ ਮਰਜ਼ੇ ਕਿਸੇ ਦਾ ਮਰਜ਼ੇ ਆਮ ਤੌਰ ਤੇ ਸਟੇਜ ਮੇਰੇ ਹੱਥੋਂ ਨਗਲਾ ਚ ਚਾਰ ਸ਼ਬਦ ਬੋਲਣੇ ਆ ਮੈਂ ਸਾਂਝਾ ਬੰਦਾਂਗਾ ਮੈਂ ਨੋਟ ਕਰਦਾ ਹੁਣਾਂ ਵੇ ਮੇਰੇ ਪਿੰਡ ਦੇ ਜਿਹੜੇ ਦਲਤ ਆ ਜਿਹੜਾ ਜੱਟ ਆ ਉਹ ਮੱਥਾ ਟੇਕ ਕੇ ਬਰਾਬਰ ਬੈਠਣਗੇ ਜਾਂ ਗੁਰੂ ਸਾਹਿਬ ਦੇ ਪਾਛੇ ਬੈਠ ਕੇ ਤਾਂ ਨਹੀਂਗਾ ਉਧਰ ਬੈਠਣਗੇ ਤੇ ਜਿਹੜੇ ਦਲਤ ਨੇ ਵਿਚਾਰੇ ਕਿਉਂ ਸਦੀਆਂ ਤੋਂ ਉਧਰਕਾਰੇ ਹੋਏ ਨੇ ਕਦੇ ਗੁਰਦੁਆਰੇ ਨੂੰ ਸਨੋਂ ਬੜਨ ਤਾ ਜਾਂਦਾ ਉਹ ਮੱਥਾ ਟੇਕਣਗੇ ਚਾਹੇ ਉਹ ਮੈਂਬਰ ਵੀ ਹੋਵੇ ਸਰਪੰਚ ਵੀ ਹੋਣ ਉਹ ਪਿੱਛੇ ਦੇ ਘੁਸਣਗੇ ਪਿੱਛੇ ਨੂੰ ਵੜ ਜਾਣਗੇ ਇਟ ਮੀਨਜ਼ ਵੀ ਉਹਨਾਂ ਨੇ ਸਾਰੀਆਂ ਸਦੀਆਂ ਤੋਂ ਝੜਕਾਂ ਸੰਝੀਆਂ ਨੇ ਉਹਨਾਂ ਦੀ ਅਜੇ ਤੱਕ ਵੀ ਮਾਨਸਿਕਤਾ ਬਰਾਬਰ ਨਹੀਂ ਹੋਣ ਦੀ ਵੀ ਜਦ ਅਸੀਂ ਇੱਥੇ ਮੂਰੇ ਬਰਾਬਰ ਗੁਰੂ ਸਾਹਿਬ ਦੇ ਬਰਾਬਰ ਬੈਠ ਜਗੇ ਤੋ ਜਿਹੜਾ ਵਰਕ ਸਦਿਆਂ ਤੋਂ ਦਰਕਾਰਿਆ ਹੋਵੇ ਸਦਿਆਂ ਤੋਂ ਲਤਾੜਿਆ ਹੋਵੇ ਉਹਨੂੰ ਉੱਪਰ ਚੱਕਣ ਦੀ ਖਾਤਰ ਉਹਨੂੰ ਗਰੇਸ਼ ਦੇਣੀ ਤਾਂ ਪੈਂਦੀ ਆ ਨਾ ਹੁਣ ਜਿਹੜੇ ਤੁਹਾਨੂੰ ਮੈਂ ਮਸਾਲਾ ਇੱਥੇ ਆਂਕੜੇ ਨੇ ਤੁਸੀਂ ਲੈ ਲਓ ਜਿੱਥੇ ਮਰਜੀ ਵੀ ਜਿਹੜੇ ਸਾਰੀਆਂ ਜਿੰਨੀਆਂ ਤਕੜੀਆਂ ਪੋਸਟਾਂ ਨੇ ਚਾਹੇਓ ਕਿਸੇ ਤਰ੍ਹਾਂ ਉਹ ਸਾਰੀਆਂ ਉੱਪਰ ਘਾੜਦੇ ਆ ਤੇ ਪ੍ਰਕਾਰ ਨੇ ਕਬਜਾ ਨਾ ਹੀ ਉਹਦੇ ਨਾ ਹੀ ਕੋਈ ਛੱਡਣ ਦੀ ਹੋਰ ਅਜਨ ਸੰਭਾਵਨਾ ਕੋੰਦਾ ਮਾਹੌਲ ਬਣਗਾ ਇੱਕ ਡਾਇਨਾਮਿਕਸ ਹੁੰਦੀ ਆ ਨਾ ਉਹ ਡਾਇਨਾਮਿਕਸ ਦੇ ਮੁਤਾਬਕ ਹੀ ਚੱਲੀ ਜਾਣਾ ਵੀ ਉਹੀ ਆਈ ਜਾਣਗੇ ਬਾਰ ਬਾਰ ਉਹੀ ਆਈ ਜਾਣਗੇ ਤੇ ਤੁਸੀਂ ਪੰਜਾਬ ਦਾ ਜੱਟਾ ਚੋਲਾ ਲਓ ਜੋ ਨਾ ਹੁਣ ਬਾਦਲ ਰਾਜ ਦੇ ਵਿੱਚ ਜਿੰਨਾ ਇਹਨਾਂ ਦਾ ਵਿਕਾਸ ਹੋਇਆ ਜਿੰਨਾ ਕੁਛ ਇਹਨਾਂ ਦਾ ਹੋਇਆ ਕਿਸੇ ਦਾ ਹੋਇਆ ਹੀ ਨਹੀਂ ਮੰਡੀ ਬੋਰਡ ਲਾ ਲਓ ਐਗਰੀਕਲਚਰ ਬੈਂਕਾਂ ਲਾ ਲਓ ਮਾਰਕੀਟ ਕਮੇਟੀਆਂ ਲਾ ਲਓ ਐਜੂਕੇਸ਼ਨ ਬੋਰਡ ਲਾ ਲਓ ਤੋਤਾ ਸਿੰਘ ਨੇ ਜਿੰਨੇ ਰੱਖੇ ਨੇ ਲੱਖਾਂ ਬੰਦੇ ਜੱਟਾਂ ਦੇ ਹੋਏ ਨੇ ਸਭ ਰੱਖੇ ਨੇ ਨੌਕਰਾਂਾਂ ਤੇ ਜਿਹੜੇ ਬਗੈਰ ਕਿਸੇ ਰੱਖੇ ਨੇ ਹੁਣ ਮੈਨੂੰ ਇੱਕ ਹੋਰ ਬੰਦੇ ਨੇ ਦੱਸਿਆ ਹੁਣ ਮੰਡੀ ਬੋਰਡ ਦੇ ਵਿੱਚ ਸੜਕਾਂ ਬਣਾਉਂਦੇ ਨੇ ਇਹ ਉਹ ਜਿੰਨੇ ਠੇਕੇਦਾਰ ਨੇ ਸਾਰੇ ਜੱਟ ਨੇ ਕੋਈ ਦਲ ਤੋਂ ਤੇ ਠੇਕੇਦਾਰੀ ਨੇ ਲੇਬਰ ਕਰਨ ਵਾਲਿਆ ਵਿਚਾਰੇ ਲੇਬਰ ਉਹ ਕਰਦੇ ਨੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਵੀ ਸਮੂਹ ਤੇ ਅੰਦਰ ਰੱਖਣਾ ਪਊਗਾ ਵੀ ਇੱਕ ਵਰਗ ਨੂੰ ਕਿਵੇਂ ਮਤਲਬ ਸਾਰਾ ਕੁਝ ਉਸ ਆਸਾ ਮਿਲੀ ਜਾਂਦਾ ਤੋਂ ਸਕਤੀ ਨਾਲ ਕਿਵੇਂ ਹੋ ਜਾਂਦਾ ਹੁਣ ਇਹ ਮਾਮਲੇ 'ਚ ਕੀ ਸਮਝ ਦਿਓ ਵੀ ਇਹਦਾ ਫਿਰ ਇਹ ਇਹਦਾ ਕਿਸ ਪਾਸੇ ਨੂੰ ਨਵੇੜਾ ਹੋਊਗਾ ਜਾਂ ਤਾਂ ਇਨਵੈਸਟੀਗੇਸ਼ਨਾਂ ਤੇ ਆਪਾਂ ਨੂੰ ਉਮੀਦ ਜਤਾਉਣੀ ਪਊ ਜਾਂ ਉਹ ਤੇ ਭਰੋਸਾ ਕਰਨਾ ਪਊਗਾ ਜਾਂ ਦੂਜੇ ਪਾਸੇ ਤਾਂ ਇਹ ਦੇਖਿਆ ਜਾਵੇ ਕਿ ਬਾਹਰੀ ਤੌਰ ਦੇ ਉੱਤੇ ਤਾਂਵਾਦ ਵਿਵਾਦ ਹੈ ਇਸੇ ਤਰ੍ਹਾਂ ਦੇ ਨਾਲ ਜੇ ਕਈ ਕਿਤੇ ਨ ਕਿਤੇ ਵਾਧਾ ਨਜ਼ਰ ਆਊਗਾ ਇਹਨੂੰ ਠੱਲ ਪਾਉਣ ਵਾਸਤੇ ਜਾਂ ਜਿਹਦੇ ਨਾਲ ਜੋ ਹੋਇਆ ਜੋ ਕਿਸੇ ਨਾਲ ਗਲਤ ਹੋਇਆ ਦੂਜੇ ਨੂੰ ਸਜ਼ਾ ਮਿਲੇ ਇਹਦੇ ਵਾਸਤੇ ਸਮਝਦੇ ਹਾਂ ਵੀ ਜਿਹੜੀਆਂ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ ਸਿੱਟੇ ਤੇ ਪਹੁੰਚਣਗੀਆਂ ਆ ਦੇਖੋ ਗੱਲ ਇਹ ਹੈ ਜਿਹੜੇ ਹਿਸਾਬ ਨਾਲ ਗਰਾਹਾ ਗਰੁੱਪ ਦੀ ਸੀਨਾਜੋਰੀ ਕਰ ਰਿਹਾ ਹੈ ਇਹ ਲਸਪਸ਼ਟਾ ਗੱਲ ਵੀ ਜਿਹੜੇ ਬੱਚਿਆਂ ਤੇ ਉਹਨਾਂ ਤੇ 306 ਦਾ ਪਰਚਾ ਦਰਜ ਹੋਇਆ ਉਹ ਵੀ ਪ੍ਰੈਸ਼ਰ ਤਹਿਤ ਹੋਇਆ ਜੋ ਮਰਜ਼ੀ ਡਾਕਟਰ ਤੋਂ ਲਿਖਵਾ ਸਕਦੇ ਸੀ ਇਹ ਤਾਂ ਮੁੱਖ ਮੰਤਰੀ ਤੋਂ ਲਿਖਵਾ ਸਕਦੇ ਆ ਕੋ ਮੁੱਖ ਮੰਤਰੀ ਜੇਨ ਤੋਂ ਡਰ ਸਕਦਾ ਤਾ ਡਾਕਟਰ ਦਾ ਵਿਚਾਰਦਾ ਕੀ ਹੈਗਾ ਬੰਦੋਂ ਦਾ ਜੋ 50 ਬੰਦੇ ਪਾ ਕੇ ਹਰੇ ਪਰਨੇ ਜਾਂ ਪੀਲੇ ਪਰਨੇ ਪਾ ਕੇ ਉਹ ਜਾਣਗੇ ਤਦੋਂ ਡਾਕਟਰ ਹੀ ਕੰਬਣ ਲੱਗ ਜਾਂਦਾ ਕੰਗ ਲੱਗ ਜਾਂਦਾ ਰਾ ਅਗੇ ਕੀ ਕਰਨਾ ਜੋ ਮਰਦੀ ਲਖਾਲਾ ਸੋਸ਼ ਕਰਕੇ ਜਿਵੇਂ ਇਹਨੇ ਪੇਸ਼ ਕੀਤਾ ਜਾਇ ਪੱਕੇ ਮੋਰਚੇ ਧਮਕੀ ਆ ਦੂਜੇ ਪਾਸੇ ਤਾਂ ਵੀ ਜੱਥੇ ਬੰਦੀਆਂ ਗਲਤਾਂ ਦੀਆਂ ਇੱਕ ਪਾਸੇ ਇਹ ਆ ਇਹਨਾਂ ਨੂੰ ਨਾ ਕਾਨੂੰਨ ਤੇ ਭਰੋਸਾ ਨਾ ਜੱਜਾਂ ਤੇ ਭਰੋਸਾ ਵੀ ਅਸੋ ਕਾਨੂੰਨ ਆ ਅਸਗੋ ਜੱਜਾਂ ਅਸਗੋ ਵਕੀਲ ਨਾ ਜੋ ਕਹਤਾ ਸਾਡੀ ਗੱਲ ਚੱਲੂ ਇਹ ਦੋਸ ਸਕੇਤ ਨੇ ਵੀ ਦਲਤ ਵਰਗ ਨੂੰ ਵਾਰਨਿੰਗ ਆ ਵੀ ਬਾਦ ਆਜੋ ਤਨੂੰ ਐਂ ਕੁੱਟਾਂਗੇ ਤੇ ਜੱਟ ਵਰਗ ਨੂੰ ਸਿੱਧਾ ਉਹ ਗੱਤ ਸਾਹਿਬ ਚੱਕ ਦੋ ਫੱਟ ਜਰ ਅਸੀਂ ਤੁਹਾਡੇ ਨਾਲ ਆ ਫਿਰ ਹੁਣ 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 ਇਹਦਾ ਦੇਖਦੇ ਕਿੱਥੋਂ ਤੁਸੀਂ ਵੀ ਦੇਖਦਾ ਤਾਂ ਆਇਆ ਜਿੱਥੇ ਬਹੁਤ ਜ਼ਿਆਦਾ ਵੀ ਜੱਥੇ ਬੰਦੀਆਂ ਬੈਠੀਆਂ ਜਾਏ ਆਪ ਦੀ ਮਨਾਉਣਗੇ ਜਰ ਅਸੀਂ ਸ਼ਕਤੀਸ਼ਾਲੀ ਆ ਜੇ ਸ਼ਕਤੀਸ਼ਾਲੀ ਹੋ ਕੇ ਨਿਭਣਗੇ ਮੈਨੂੰ ਪਤਾ ਇਹ ਸ਼ਕਤੀਸ਼ਾਲੀ ਜੱਤ ਵੀ ਨਦੀ ਹੋਊਗੀ ਪਰ ਦਲਿਤ ਵਰਗ ਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਵੀ ਯਾਰ ਜਿਹੜਾ ਇਹ ਵਰਗ ਆ ਸਾਡਾ ਹੀ ਖੈਰ ਖਵਾ ਨੇਗਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਦੋਂ ਕਿਸਾਨੀ ਅੰਦੋਲਨ ਹੁੰਦੇ ਨੇ ਉਹਦੇ ਵਿੱਚ ਇਹੋ ਜੀ ਗੱਲ ਨਹੀਂ ਦਲਤ ਭਾਈਚਾਰੇ ਦੀ ਵੀ ਬਹੁਤ ਵੱਡੀ ਗਿਣਤੀ ਹੁੰਦੀ ਹੈ ਤੇ ਉਹਦੇ ਨਾਲ ਗੱਲ ਇਹ ਹੁੰਦੀ ਹੈ ਵੀ ਕਿਸਾਨ ਮਜ਼ਦੂਰ ਇਕਤਾ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਜਦੋਂ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਆਵਾਜ਼ ਵਿਵਾਦ ਉੱਠਦੇ ਰਹੇ ਸੀਗੇ ਪਰ ਇਹ ਇਨਸੀਡੈਂਟ ਦੇ ਵਿੱਚ ਜੇ ਦੇਖਿਆ ਜਾਵੇ ਜਿਵੇਂ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੁਣ ਗੱਲ ਇਹ ਹੈ ਵੀ ਇਹ ਮਾਮਲੇ ਦੀ ਜਾਂਚ ਕਿਉਂਕਿ ਇੱਕ ਪਾਸੇ ਤਾਂ ਇਹ ਹੈ ਵੀ ਜਿੰਨੇ ਨਾਲ ਕੁਝ ਗਲਤ ਹੋਇਆ ਦੂਜੇ ਨੂੰ ਇਨਸਾਫ ਮਿਲੇ ਦੂਜੇ ਪਾਸੇ ਇਹ ਹੈ ਵੀ ਜਿੱਥੇ ਜਿਹੜੀਆਂ ਭਾਵਨਾਵਾਂ ਨੇਗੀਆਂ ਚਾਹੇ ਉਹ ਦਲਤ ਵਰਗ ਦੀਆਂ ਨੇ ਕਿਸੇ ਦੀਆਂ ਹਤਨਾ ਹੋਣ ਸਿਰਫ ਕ੍ਰਾਈਮ ਦੇ ਤੌਰ ਦੇ ਉੱਤੇ ਸਜ਼ਾ ਮਿਲੇ ਇਹ ਬਹੁਤ ਵੱਡੇ ਤੌਰ ਤੇ ਚੁਣੌਤੀ ਲੱਗਦਾ ਵੀ ਪ੍ਰਸ਼ਾਸਨ ਵਾਸਤੇ ਸਿਸਟਮ ਵਾਸਤੇ ਰਹਿਣ ਵਾਲੀ ਹੈ ਰਹੀ ਗੱਲ ਜਿਹੜੀ ਬਾਕੀ ਇਸ਼ੂ ਕੀ ਅੱਜ ਵੀ ਕੀ ਦਲਤ ਨੂੰ ਉਸੇ ਤਰੀਕੇ ਦੇ ਨਾਲ ਡੀਲ ਕਰਾਇਆ ਜਾਂਦਾ ਜਿਵੇਂ ਕਿ ਕੋਈ ਕਿਸਮਾ ਪਹਿਲਾਂ ਕਰਾਇਆ ਜਾਂਦਾ ਸੀਗਾ ਤਾਂ ਉਹ ਉਦੋਂ ਵੀ ਵੱਡਿਆ ਚਿੰਤਾ ਦੀ ਗੱਲ ਬਣਦੀ ਹੈ ਕਿ ਹਜੇ ਤੱਕਰ ਹਾਲਾਤ ਖੈਰ ਜਿਹੜੇ ਜਿਕੇ ਇਹ ਬਾਬਾ ਸਾਹਿਬ ਅੰਬੇਦਕਰ ਹੋਰਾਂ ਨੇ ਜਿਹੜੇ ਸੰਵਿਧਾਨ ਨੂੰ ਇੱਕ ਵੱਡੀ ਮਜ਼ਬੂਤੀ ਦਿੱਤੀ ਦਲਤ ਵਰਗ ਵਾਸਤੇ ਤਾਂ ਕੀ ਉਹ ਹਜੇ ਵੀ ਪੂਰੀ ਤਰ੍ਹਾਂ ਲਾਗੂ ਹੋਣ ਦੇ ਵਿੱਚ ਕਿਤੇ ਨਾ ਕਿਤੇ ਪਿਛੜਦੇ ਨੇ ਤੈਉਂ ਕਰਕੇ ਹੈ ਨਾ ਕਿ ਦਲਤ ਵਰਗ ਅੱਜ ਵੀ ਕਿਤੇ ਬਰਾਬਰੀ ਦੀ ਗੱਲ ਜਿਵੇਂ ਰਾਈ ਸਾਹਿਬ ਕਹਿੰਦੇ ਨੇ ਕਹਿੰਦੇ ਕਰਦਾ ਹੋਇਆ ਨਜ਼ਰ ਨਹੀਂ ਆਉਂਦਾ ਹੈਗਾ ਗੱਲਾਂ ਚ ਜਿੰਨਾ ਮਰਜੀ ਹੋ ਜੇ ਕਹਿੰਦੇ ਐਕਚੁਅਲ ਸਿਚੁਏਸ਼ਨ ਹੈ ਜਿਹੜੀ ਉਹ ਇਹ ਵੀ ਦਰਸਾਉਂਦੀ ਹੈ ਵੀ ਜਿਹੜੀਆਂ ਚੰਗੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਉੱਥੇ ਵੀ ਅੱਜ ਦਲਤ ਵਰਗ ਪਿਛੜਿਆ ਹੋਇਆ ਦਿਖਾਈ ਦਿੰਦਾ ਸੀਨੀਅਰ ਵੀਡੀਓ ਲਿਸਟ ਵਿੱਚ ਇਹ ਦਿਨਾਂ ਸੁਮੇਸ਼ ਸਿੰਘ ਰਜਨਾਸ 100% ਟੀਵੀ ਚੰਡੀਗੜ੍ਹ